ਸਤਿ ਸ਼੍ਰੀ ਅਕਾਲ, ਨਮਸਕਾਰ ਜੀ ਆਇਆਂ ਨੂੰ। ਮੈਂ ਹਾਂ ਪ੍ਰਭੂ ਚਾਵਲਾ ਔਰ ਸਿੱਧੀ ਗੱਲ ਜਾ ਜਵਾਰੀ ਹੈ ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾਰੀ ਦੀ। ਤੁਹਾਨੂੰ ਕਿਸ ਤਰ੍ਹਾਂ ਇੰਟਰੋਡਿਊਸ ਕਰੀ? ਤੁਸੀਂ ਤਾਂ ਵਕੀਲ ਵੀ ਹੈਗੇ ਹੋ, ਕਾਂਗਰਸ ਦੇ ਵਕੀਲ ਵੀ ਹੈਗੇ ਹੋ, ਆਪਣੇ ਵਕੀਲ ਕੰਮ ਪੇਸ਼ਾ ਵਕੀਲ ਹੈ, ਪਰ ਕਾਂਗਰਸ ਦੀ ਵਕਾਲਤ ਕਰਨਾ ਬੜੀ ਮੁਸ਼ਕਲ ਹੋ ਰਹੀ ਹੈ ਅੱਜ ਕੱਲ੍ਹ। ਹਾਰਨ ਇਹ ਤਾਂ ਹਾਰਿਆ ਵਾਲਾ ਕੇਸ ਹੈ ਤੁਹਾਡਾ। ਪ੍ਰਭੂ ਜੀ, ਪਹਿਲੇ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਤੁਸੀਂ ਇਹ ਉਪਰਾਲਾ ਕੀਤਾ ਹੈਗਾ ਕਿ ਪੰਜਾਬੀ 'ਚ ਤੁਸੀਂ ਸਿੱਧੀ ਗੱਲ ਕਰਦੇ ਹੋ। ਤੁਹਾਡਾ ਇੱਕ ਬੜਾ ਵੱਡਾ ਵਿਰਸਾ ਰਿਹਾ ਹੈਗਾ ਪੱਤਰਕਾਰਤਾ ਵਿੱਚ, ਔਰ ਇਹ ਜਿਹੜੀ ਤੁਸੀਂ ਨਵੀਂ ਪਹਿਲ ਕੀਤੀ ਹੈ ਉਸ 'ਤੇ ਮੈਂ ਤੁਹਾਨੂੰ ਜ਼ਰੂਰ ਮੁਬਾਰਕਬਾਦ ਦੇਣਾ ਚਾਹੁੰਦਾ। ਦੇਖੋ, ਜਿੱਥੇ ਤੱਕ ਵਕਾਲਤ ਦੀ ਗੱਲ ਰਹੀ, ਵਕਾਲਤ ਅਸੀਂ ਬਾਹਰ ਵੀ ਕਰੀਦੀ ਹੈ, ਕਚਹਿਰੀ ਦੇ ਅਦਾਲਤ ਦੇ ਅੰਦਰ ਵੀ ਕਰੀਦੀ ਹੈਗੀ ਹੈ। ਕਦੇ ਕੇਸ ਮਾੜਾ ਹੁੰਦਾ, ਕਦੇ ਕੇਸ ਚੰਗਾ ਹੁੰਦਾ, ਪਰ ਵਕੀਲ ਦਾ ਇਹ ਕੰਮ ਹੈਗਾ ਕਿ ਜਿਹੜਾ ਵੀ ਕੇਸ ਮਿਲੇ ਉਸ ਕੇਸ ਨੂੰ ਪੂਰੇ ਠੀਕ ਤਰੀਕੇ ਨਾਲ ਜਿਹੜੀ ਅਦਾਲਤ ਹੈ ਉਹਦੇ ਸਾਹਮਣੇ ਰੱਖਣਾ ਚਾਹੀਦਾ, ਚਾਹੇ ਉਹ ਲੋਕਾਂ ਦੀ ਅਦਾਲਤ ਹੋਵੇ, ਚਾਹੇ ਆਪਣਾ ਜੱਜ ਦੀ ਮੁਨਸਿਫ ਦੀ ਅਦਾਲਤ ਹੋਵੇ। ਪਰ ਤੁਹਾਨੂੰ ਲੱਗਦਾ ਨਾ ਤੁਸੀਂ ਜਿਹੜੇ ਆਪਣੇ ਉਹ ਤੋਂ ਠੀਕ ਹੈ, ਵਕੀਲ ਜਿਹੜੀ ਕੋਰਟ ਜਾਂਦੇ ਹੋ ਉੱਥੇ ਜਿਹੜਾ ਵੀ ਹਾਰਦਾ ਜਿੱਦਾਂ ਉਹਦੇ ਇੱਥੇ ਤੁਹਾਡਾ ਆਪਣਾ ਕੈਰੀਅਰ ਦੂਜੀ ਜਗ੍ਹਾ ਲੱਗਿਆ ਨਾ, ਤੁਸੀਂ ਕਾਂਗਰਸ ਦੀ ਵਕਾਲਤ ਕਰ ਰਹੇ ਹੋ। ਕਾਂਗਰਸ ਹਰ ਕੇਸ ਹਾਰੀ ਜਾ ਰਹੀ ਹੈ, ਪਿਛਲੇ 6-8 ਮਹੀਨੇ ਤੋਂ ਦੇਖ ਰਿਹਾ, ਕੋਈ ਕੇਸ ਜਿਤਨੀ ਜਨਤਾ ਦੀ ਅਦਾਲਤ ਜਿੰਨੀ ਵਾਰੀ ਗਏ ਤੁਸੀਂ ਹਾਰੀ ਜਾ ਰਹੇ ਹੋ, ਹਾਰੀ ਜਾ ਰਹੇ ਹੋ। ਦੇਖੋ, ਵਕੀਲ ਠੀਕ ਨਹੀਂ ਹੈਗੇ ਤੁਹਾਡੇ? ਦੇਖੋ ਪ੍ਰਭੂ ਜੀ, ਇਹ ਵੀ ਗੱਲ ਠੀਕ ਨਹੀਂ ਹੈਗੀ, ਕਿਉਂਕਿ ਆਪਣਾ ਹੁਣੇ ਜਿਹੜੇ ਸਿਵਿਕ ਇਲੈਕਸ਼ਨਸ ਹੋਏ ਨੇ ਚੰਡੀਗੜ੍ਹ 'ਚ, ਨਹੀਂ ਮਹਾਰਾਸ਼ਟਰ ਦੇ ਵਿੱਚ, ਉੱਥੇ ਅਸੀਂ ਜਿੱਤੇ ਹੈਗੇ ਹਾਂ। ਇੱਥੇ ਥਰਡ ਰਾਊਂਡ ਵਿੱਚ ਤੁਸੀਂ ਬਰਾਬਰ ਹੋ ਗਏ, ਫਿਰ ਕੱਲ੍ਹ ਤੱਕ ਜਿੱਤ ਰਹੇ ਸੀ। ਦੇਖੋ, ਇੱਦਾਂ ਹੈ, ਜਿੱਤੇ ਤਾਂ ਹੈਗੇ ਹੈ ਨਾ, ਚੰਡੀਗੜ੍ਹ 'ਚ ਹਾਰੇ ਹੈ, ਆਪਣਾ ਗੁਜਰਾਤ 'ਚ ਪਹਿਲੇ ਜਿੱਤੇ ਸੀਗੇ, ਫਿਰ ਕੇ ਕਿੰਨੇ ਨੇ ਆਪਣਾ ਪਰਫੋਰਮੈਂਸ ਡਿਪ ਕਰ ਗਈ ਸੀਗੀ, ਅਤੇ ਇਹ ਤਾਂ ਇੱਕ ਸਾਈਕਲ ਹੈ ਜਿਹੜਾ ਚੱਲਦਾ ਰਹਿੰਦਾ ਹੈਗਾ। ਹੁਣ ਅੱਜ ਤੋਂ ਜੇ 6 ਮਹੀਨੇ ਪਹਿਲੇ ਆਪਾਂ ਇਹ ਸ਼ੋਅ ਰਿਕਾਰਡ ਕਰਦੇ ਬਿਹਾਰ ਦੀ ਚੋਣ ਤੋਂ ਬਾਅਦ, ਤਾਂ ਇੱਦਾਂ ਲੱਗ ਰਿਹਾ ਸੀਗਾ ਜਿਵੇਂ ਸ਼੍ਰੀ ਨਰਿੰਦਰ ਮੋਦੀ ਦੀ ਔਰ ਬੀਜੇਪੀ ਦੀ ਜਿਹੜੀ ਸਰਕਾਰ ਹੈ ਉਹ ਬਿਲਕੁਲ ਹੀ ਧਰਾਤਲ 'ਤੇ ਆ ਗਈ ਹੈ, ਔਰ ਕਾਂਗਰਸ ਔਰ ਜਿਹੜੀਆਂ ਧਰਮ ਨਿਰਪੇਖ ਪਾਰਟੀਆਂ ਉਹਨਾਂ ਦੀ ਚੜ੍ਹਤ ਹੈਗੀ ਹੈ। ਦਿੱਲੀ ਸਭ ਤੋਂ ਪਹਿਲੇ ਮੋਦੀ ਸਰਕਾਰ, ਮੋਦੀ ਜੀ ਹਾਰ ਕੇ ਦਿੱਲੀ ਸਭ ਤੋਂ ਪਹਿਲੇ ਤੁਹਾਡੀ ਪਾਰਟੀ ਜ਼ੀਰੋ 'ਤੇ ਆ ਗਈ, ਉਹਦੇ ਬਾਅਦ ਛੱਡੋ। ਮੈਂ ਜਿਹੜੀ ਦੇਖਣਾ ਤੁਹਾਡੇ ਆਪਣੀ ਸਟੇਟ ਦੀ ਗੱਲ ਕਰ ਰਹੇ ਹਾਂ, ਚੰਡੀਗੜ੍ਹ ਦੇਖਿਆ ਤੁਸੀਂ ਜੋ ਹੈ ਇਲੈਕਸ਼ਨ, ਉਹਦੇ ਕੀ ਨਿਕਲਿਆ ਤੁਸੀਂ? ਤੁਹਾਡੇ ਕੋਲ 9 ਸੀਟਾਂ ਸਨ, 9 ਤੋਂ 4 'ਤੇ ਆ ਗਏ ਤੁਸੀਂ। ਇਹਦਾ ਮਤਲਬ ਪੰਜਾਬ ਦੀ ਤੁਹਾਡੀ ਹਾਲਤ ਵੈਸੇ ਹੀ ਖਰਾਬ ਹੋ ਜਾਣੀ, ਨਾਲ ਹੀ ਪੰਜਾਬ ਦੀ ਰਾਜਧਾਨੀ ਲੋਕ ਮੰਦੇ ਨੂੰ ਇੱਥੇ ਆਇਆ ਨਹੀਂ, ਤਾਂ ਇੰਨੀ ਬੁਰੀ ਹਾਲਤ ਤੁਹਾਡੀ ਹੋ ਰਹੀ ਹੈ ਹਰ ਜਗ੍ਹਾ 'ਤੇ। ਤੁਸੀਂ ਹਾਰੇ ਮਹਾਰਾਸ਼ਟਰ, ਹਾਰੇ ਹਰਿਆਣਾ, ਹਾਰੇ ਆਸਾਮ, ਹਾਰੇ ਹਰ ਜਗ੍ਹਾ 'ਤੇ। ਬਿਹਾਰੀ ਤੁਸੀਂ ਅਲਾਇੰਸ ਕਰ ਲਿਆ, ਇਸ ਵਾਸਤੇ 29 ਸੀਟਾਂ ਤੁਹਾਡੀਆਂ ਆ ਗਈਆਂ, ਤੁਸੀਂ ਤਾਂ ਥੋੜ੍ਹੀ ਜਿੱਤੇ, ਉੱਥੇ ਲਾਲੂ ਜਿੱਤਿਆ, ਸਭ ਤੋਂ ਜ਼ਿਆਦਾ ਨੰਬਰ 1 ਪਾਰਟੀ ਹੈ। ਤੁਹਾਡਾ ਆਪਣਾ ਜਿਹੜਾ ਸਟੇਟ ਹੈ ਜਿੱਥੇ ਤੁਸੀਂ ਆਉਂਦੇ ਚੁਣ ਕਰਕੇ, ਉਹਦੀ ਹਾਲਤ ਇੰਨੀ ਖਰਾਬ, ਮੈਨੂੰ ਲੱਗਦਾ ਨਹੀਂ ਸੀ ਕਿ ਤੁਹਾਡੀ 5 ਸੀਟਾਂ ਆਉਣੀਆਂ, 4 ਸੀਟਾਂ ਆਉਣੀਆਂ ਚੰਡੀਗੜ੍ਹ। ਦੇਖੋ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜ਼ਰੂਰ ਇੱਕ ਬਹੁਤ ਚਿੰਤਾ ਦਾ ਵਿਸ਼ੇ ਹੈ। 11 ਸੀਟਾਂ ਸੀਗੀਆਂ ਸਾਡੀਆਂ ਪਿਛਲੀ ਵਾਰ ਜਦੋਂ 2011 'ਚ ਚੋਣ ਹੋਈ ਹੈ ਚੰਡੀਗੜ੍ਹ 'ਚ, ਹੁਣ ਕਿੰਨੇ ਨੇ 4 ਰਹਿ ਗਈਆਂ ਨੇ। ਪਰ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹੂੰਗਾ ਕਿ ਜਿਹੜਾ ਹਿੰਦੁਸਤਾਨ ਦਾ ਮਤਦਾਤਾ ਹੈ, ਹਿੰਦੁਸਤਾਨ ਦਾ ਜਿਹੜਾ ਵੋਟਰ ਹੈ, ਉਹ ਬਹੁਤ ਜ਼ਿਆਦਾ ਹੀ ਹੁਸ਼ਿਆਰ ਹੋ ਗਿਆ। ਉਹਨੂੰ ਪਤਾ ਹੈ ਕਿ ਸਿਵਿਕ ਇਲੈਕਸ਼ਨ ਦੇ ਵਿੱਚ ਔਰ ਕਾਰਪੋਰੇਸ਼ਨ ਦੇ ਦੀ ਚੋਣ ਦੇ ਵਿੱਚ ਕਾਰਪੋਰੇਸ਼ਨ ਦੇ ਮੁੱਦਿਆਂ ਦੇ ਵੋਟ ਪਾਉਣੀ ਹੈਗੀ ਹੈ, ਔਰ ਜਿਹੜੀ ਵਿਧਾਨ ਸਭਾ ਦੀ ਚੋਣ ਹੈਗੀ ਹੈ ਉਹਦੇ 'ਚ ਸੂਬੇ ਦੇ ਮੁੱਦਿਆਂ ਦੇ ਵੋਟ ਪਾਉਣੀ ਹੈ, ਔਰ ਜਿਹੜੀ ਰਾਸ਼ਟਰੀ ਚੋਣ ਹੈਗੀ ਹੈ ਉਹਨੂੰ ਰਾਸ਼ਟਰ ਦੇ ਮੁੱਦੇ ਦੇ ਵੋਟ ਪਾਉਣੀ ਹੈ। ਅਤੇ ਜੇ ਭਾਰਤੀ ਜਨਤਾ ਪਾਰਟੀ ਇਹ ਸੋਚਦੀ ਹੈਗੀ ਹੈ ਕਿ ਆਹ ਜਿਹੜੀਆਂ ਚੋਣਾਂ ਦਾ ਨਤੀਜਾ ਆਇਆ, ਚਾਹੇ ਗੁਜਰਾਤ ਹੋਵੇ ਜਾਂ ਮਹਾਰਾਸ਼ਟਰ 'ਚ ਕੁਛ ਥੋੜ੍ਹੇ ਬਹੁਤ ਨਤੀਜੇ ਆਏ ਹੋਣ ਜਾਂ ਚੰਡੀਗੜ੍ਹ ਹੋਵੇ, ਇਹਦੇ ਕਰਕੇ ਉਹਨਾਂ ਨੂੰ ਇੱਕ ਬਹੁਤ ਵੱਡਾ ਨੋਟਬੰਦੀ ਅਤੇ ਇੰਡੋਰਸਮੈਂਟ ਮਿਲ ਗਿਆ ਹੈ। ਇਸ ਤੋਂ ਮੇਰੇ ਖਿਆਲ ਬੇਵਕੂਫੀ ਦੀ ਗੱਲ ਨੋਟਬੰਦੀ ਦੀ ਮੈਂ ਗੱਲ ਹੀ ਨਹੀਂ, ਮੈਂ ਕਹਿ ਰਿਹਾ ਇੰਡੋਰਸਮੈਂਟ ਮੋਦੀ ਦਾ ਹੋ ਰਿਹਾ। ਇੰਡੋਰਸਮੈਂਟ ਛੋੜੋ, ਤੁਸੀਂ ਜਿਹੜੇ ਵੀ ਚੁਣਾਵ ਹੋ ਰਹੇ ਨੇ, ਤੁਸੀਂ ਕਹਿ ਰਹੇ ਚੋਣਾਂ ਹੋਈਆਂ ਨੇ, ਚੋਣਾਂ ਜੇ ਅਸੈਂਬਲੀ ਦੇ ਹੋਏ ਤਾਂ ਵੀ ਹਾਰ ਗਏ, ਬਾਈ ਇਲੈਕਸ਼ਨ ਅਸੈਂਬਲੀ ਦੇ ਤਾਂ ਵੀ ਹਾਰ ਗਏ, ਲੋਕ ਸਭਾ ਦੇ ਬਾਈ ਇਲੈਕਸ਼ਨ ਹੋਏ ਤਾਂ ਵੀ ਹਾਰ ਗਏ, ਤੁਸੀਂ ਕਿਹੜਾ ਚੁਣਾਵ ਜਿਹੜਾ ਚੋਣਾਂ ਜਾਣੀਆਂ ਜਿਹੜੀ ਜਿੱਤੀਆਂ ਜਿਹੜੀ ਥੋੜ੍ਹੀਆਂ ਬਹੁਤ ਜਿੱਤੀਆਂ, ਕਿੱਥੇ ਲੱਗਦਾ ਹੀ ਨਹੀਂ ਤੁਹਾਡੀ ਹਾਲਤ ਇੰਨੀ ਖਰਾਬ ਹੈ ਕਿ ਕਿਤੇ ਲੱਗਦਾ ਹੀ ਨਹੀਂ ਜਿੱਤੇ ਹੋ ਗਏ ਤੁਸੀਂ? ਦੇਖੋ, ਇੱਦਾਂ ਹੈ ਕਿ 2014 ਤੋਂ ਬਾਅਦ ਜਿਹਨਾਂ ਸੂਬਿਆਂ ਵਿੱਚ ਚੋਣਾਂ ਹੋਈਆਂ, ਬਿਹਾਰ ਛੱਡ ਕੇ ਸਭ ਜਗ੍ਹਾ ਮੈਂ ਦੱਸਦਾ ਪ੍ਰਭੂ ਜੀ, ਪਰ ਉਹ ਇਹੋ ਜਿਹੇ ਸੂਬੇ ਨੇ ਜਿੱਥੇ ਕਾਂਗਰਸ ਪਾਰਟੀ 15-15 ਸਾਲ ਰਾਜ ਕਰਦੀ ਰਹੀ ਹੈ। ਤਾਂ ਇਸ ਲਈ ਇੱਕ ਐਂਟੀ ਇਨਕੰਬੈਂਸੀ, ਤੁਸੀਂ ਆਸਾਮ ਦੀ ਗੱਲ ਕੀਤੀ, ਆਸਾਮ ਦੇ ਵਿੱਚ ਕਾਂਗਰਸ ਪਾਰਟੀ ਦਾ 15 ਸਾਲ ਲਗਾਤਾਰ ਰਾਜ ਰਿਹਾ ਸੀਗਾ। ਤੁਸੀਂ ਦਿੱਲੀ ਦੀ ਗੱਲ ਕੀਤੀ ਕਿ ਵੀ ਦਿੱਲੀ 'ਚ ਸਾਡਾ ਖਾਤਾ ਨਹੀਂ ਖੁੱਲਿਆ, 10 ਸਾਲ ਰਿਹਾ ਖਾਤਾ ਨਹੀਂ ਖੁੱਲਿਆ, ਉੱਥੇ ਹੀ 15 ਸਾਲ ਕਾਂਗਰਸ ਦਾ ਰਾਜ ਰਿਹਾ ਹੈ, ਹਰਿਆਣੇ 'ਚ 10 ਸਾਲ ਰਾਜ ਰਿਹਾ। ਤਾਂ ਇਸ ਲਈ ਇਹ ਤਾਂ ਇੱਕ ਸਾਈਕਲ ਹੈਗਾ, ਔਰ ਵੀ ਆਰ ਐਟ ਦੀ ਬੋਟਮ ਆਫ ਦ ਸਾਈਕਲ ਐਟ ਦ ਮੋਮੈਂਟ,
और ये कोई कवे कि इहदे नाल कांग्रेस का कोई सफाया हो गया है या कांग्रेस बिल्कुल खत्म हो गई है, इस तो बड़ी मैनू नहीं लगता गैर राजनीतिक गल होर कोई हो सकती है। तो 44 तो तुम तो आई गई हो ना, सब तो घट घट सी तुम्हें मिली 2014 तुम्हें अपनी उम्मीद नहीं कि 44 मिलनी वो बाद घटदी जा रही थोड़ी वधिया तो नहीं ना इदा प्रभु जी जे मैनू ये गल कोई होर कहता तो मैं मन लेंदा, पर थोड़ा इन्ना ज़्यादा पत्रकारिता का एक्सपीरियंस है, थोनू याद होगा 1987 च हरियाणा की चोण हुई सी, कांग्रेस दी 5 सीटां आईयां सी 90 चों, और 1991 च दोबारा चोण हुई तो कांग्रेस सरकार बन गई सी। लोकसभा की गल कर रहा है, मैं नहीं नहीं मैं एक विधानसभा बीजेपी की 2 सीटां आईयां 282 आ गईयां अभी तक हो गए, ये पॉसिबल है थोड़ी गल से बिल्कुल हो सकता है, ये हकीकत है कि नहीं कि 1984 च जिहड़े अज राज कर रहे ने जिहड़े हिंदुस्तान के हुक्मरान ने तुगलक ने उन्हां दीआं 2 सीटां सीगीआं 1984 दे विच, ओह वध के किन्ने ने 2016 282 हो गईआं, और कांग्रेस पार्टी जिहदी 425 सीट सीगी 1984 दे विच ओह घट के 44 ते रह गई। सो ये तो एक पॉलिटिक्स का जिवें मैं कहना घटनाक्रम है, एक घटना चक्कर है चलता रहिंदा है, कांग्रेस वापस जरूर आऊगी। 1984 दे बाद लगभग 400 सीटां जित्तीआं, उहदे बाद तो सीटां घटदीआं गईआं नरसिंह महाराज जमाने 240-245 सीटां जित्ती सन, मेजोरिटी तां वी नहीं आई सी मिला के हुई सी, तुहाडी सीटां तो घटदीआं, बीजेपी ने 200-282 पहुँच गए, तुहानूं लगदा नहीं तुहाडी गिरावट जिहड़ी 1985 शुरू हुई है नरसिंह मां छड़ के उहदे बाद तुहाडी किन्नी होई है, एक बार 206 आई हैं, एक बार 140 आई हैं, घटदियां ही जा रही है ना, वधदियां नहीं जा रही। मैं थोड़ी एक गल, स्टेट 17 तुहाडे कोल सन उस वेले, हुण तुहाडे कोल 7 भी नहीं रह गईआं। मैं थोड़ा एक गल दसदा, जिहड़ी तुसीं गल पुछी हैगी है कि 1996 की जदों चोण हुई तां कांग्रेस दीआं 140 सीटां आईआं, 1998 की जदों चोण हुई कांग्रेस दीआं फिर 140 सीटां आईआं, 99 की चोण हुई उह घट के 112 रह गईआं, 2004 की चोण हुई तो वध के 145 हो गई, 2009 की चोण हुई तो वध के 206 हो गई, तो इसलिए मैं कह रहा 400 तो 2006 तक निमित पहुंच गए 30 साल है। देखो जी 425 सीट आई सी 1984 के विच ਉਹਦਾ ਇੱਕ ਪਰਿਪੇਕਸ ਸੀ, ਉਸ ਤੋਂ ਪਹਿਲੇ 351 ਆਈਆਂ ਸਨ, 351 ਵੀ ਰਹੀਆਂ ਨੇ, ਉਸ ਤੋਂ ਪਹਿਲੇ 269 ਵੀ ਆਈਆਂ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿਸ ਤਰ੍ਹਾਂ ਇਹ ਸਰਕਾਰ ਚੱਲ ਰਹੀ ਹੈ 2019 'ਚ ਕਿਤੇ ਇਹ ਨਾ ਹੋਵੇ ਕਿ 282 ਵਾਲੇ ਜਿਹੜੇ ਨੇ ਇਹ 44 ਤੇ ਰਹਿ ਜਾਣ ਔਰ ਜਿਹੜੇ 244 ਵਾਲੇ ਨੇ ਉਹ ਕਿਤੇ ਹੋਰ ਪਹੁੰਚੇ ਹੋਣ। ਉਹ ਕੀ ਕਹਿੰਦੇ ਸੁਪਨਾ ਜਿਹੜਾ ਤੁਸੀਂ ਦਿਖਾਉਂਦੇ ਹੋ, ਰਾਹੁਲ ਜੀ ਨੇ ਕਿਹਾ ਸੀ ਕਿ ਸੁਪਨੇ ਦੀ ਗੱਲ ਕਰ ਰਹੇ, ਸੁਪਨਾ ਨਹੀਂ ਹੈ ਜੋ ਮੁਲਕ ਦੀ ਹਾਲਾਤ ਹੋਏ ਨੇ, ਇਨਫੈਕਟ ਉਰਦੂ ਦਾ ਇੱਕ ਸ਼ੇਅਰ ਹੈ ਕਿ ਮੁਲਕ ਕਾ ਕੌਮ ਕਾ ਇਤਨਾ ਵੀ ਨਾ ਮਯਾਰ ਗਿਰੇ ਕਿ ਸੁਰਖੀਆਂ ਦੇਖ ਹੱਥ ਸੇ ਅਖਬਾਰ ਗਿਰੇ, ਆਹ ਪਿਛਲੇ 6 ਮਹੀਨੇ ਦੇ ਮੁਲਕ ਦੇ ਤਾਂ ਇਹ ਹਾਲਾਤ ਬਣੇ ਹੋਏ, ਉਹਦੇ ਬਾਵਜੂਦ ਜਿੱਤੀ ਜਾ ਸਕਦੀ ਜੋ ਮਰਜ਼ੀ ਕਹੋ, ਉਹਦੇ ਬਾਅਦ ਜਿੱਤੀ ਜਾ ਰਹੇ ਮੋਦੀ ਸਾਹਿਬ ਉਹਦੇ, ਮੈਂ ਪੰਜਾਬ 'ਤੇ ਵਾਪਸ ਆਉਣਾ ਚਾਹੁੰਦਾ ਤੁਹਾਨੂੰ ਕਿ ਮਨੀਸ਼ ਤਿਵਾਰੀ ਚੰਡੀਗੜ੍ਹ ਦੇ ਰਹਿਣ ਵਾਲੇ ਨੇ, ਲੁਧਿਆਣਾ ਤੁਸੀਂ ਚੁਣਾਵ ਲੜਿਆ, ਇਸ ਵਾਰੀ ਚੰਡੀਗੜ੍ਹ ਦੇ ਮਿਊਨਸਿਪਲ ਕਾਰਪੋਰੇਸ਼ਨ ਲਾਗੇ ਤੁਹਾਡਾ ਕੋਈ ਰੋਲ ਦਿਖਾਈ ਦਿੱਤਾ ਨਹੀਂ ਮੈਨੂੰ, ਕਿਉਂ ਤੁਸੀਂ ਜਾਣ ਬੁੱਝ ਕੇ ਅਲੱਗ ਹੋ ਗਏ, ਤੁਸੀਂ ਸਮਝਦੇ ਮੈਂ ਕਾਰਪੋਰੇਸ਼ਨ ਚੁਣਾਵ ਕੀ ਕਰਾਂਗਾ, ਮੈਂ ਤਾਂ ਵੱਡਾ ਆਦਮੀ ਹੈਗਾ। ਨਹੀਂ ਨਹੀਂ ਆਪਣਾ ਮੈਂ ਜਾਂ ਪਾਰਟੀ ਨੇ ਤੁਹਾਨੂੰ ਠੀਕ ਸਮਝਿਆ, ਮੈਂ ਨਹੀਂ ਅਲੱਗ ਹੋਇਆ, ਜਿਹੜੇ ਸਾਡੇ AICC ਦੇ ਇੰਚਾਰਜ ਨੇ ਉਹਨਾਂ ਨੇ ਜਾ ਕੇ ਬਿਆਨ ਦਿੱਤਾ ਕਿ ਬਈ ਮਨੀਸ਼ ਤਿਵਾਰੀ ਦਾ ਉਹ ਪੰਜਾਬ ਦੇ ਲੀਡਰ ਨੇ, ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਕੋਈ ਰੋਲ ਨਹੀਂ ਹੈ, ਤਾਂ ਜਦੋਂ ਕਹਿ ਕਹਿੰਦੇ ਨੇ ਇੱਕ ਵਾਰੀ ਪਾਰਟੀ ਨੇ ਹੀ ਬਿਆਨ ਦੇ ਤਿਆ ਕਿ ਬਈ ਮੇਰਾ ਕੋਈ ਰੋਲ ਨਹੀਂ ਹੈ, ਤਾਂ ਫਿਰ ਮੇਰਾ ਕੋਈ ਔਚਿਤ ਬਣਦਾ ਨਹੀਂ ਸੀਗਾ ਉੱਥੇ ਜਾਣ ਦਾ, ਔਰ ਉਹਨਾਂ ਨੇ ਸੋਚਿਆ ਕਿ ਜਿਹੜੇ ਪਿਛਲੀ ਵਾਰੀ ਚੋਣ ਲੜੇ ਸੀਗੇ ਸ਼੍ਰੀ ਪਵਨ ਕੁਮਾਰ ਬਾਂਸਲ ਔਰ ਜਿਹੜੇ ਉੱਥੇ ਆਪਣਾ ਟੈਰੀਟੋਰੀਅਲ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਪ੍ਰਦੀਪ ਛਾਬੜਾ ਜੀ, ਉਹਨਾਂ ਦੀ ਰਹਿਨੁਮਾਈ ਦੇ ਵਿੱਚ ਚੋਣ ਲੜਾਈ ਜਾਵੇ, ਵੀ ਜੇ ਮੈਨੂੰ ਕਹਿੰਦੇ ਕਿ ਬਈ ਤੁਸੀਂ ਮਦਦ ਕਰਨੀ ਹੈ ਮੈਂ ਜ਼ਰੂਰ ਮਦਦ ਕਰਦਾ। ਉਹਨੂੰ ਲੱਗਦਾ ਤੁਹਾਨੂੰ ਅਗਰ ਦੇ ਦਿੰਦੇ ਰਿਸਪੋਂਸੀਬਿਲਟੀ ਤੁਸੀਂ ਸ਼ਾਇਦ ਚੰਡੀਗੜ੍ਹ ਤੋਂ ਕੈਂਡੀਡੇਟ ਬਣ ਜਾਂਦੇ ਲੋਕ ਸਭਾ ਦੇ, ਉਹ ਤਾਂ ਚਲੋ ਕਹਿੰਦੇ ਹੋਣਾ ਕਿ ਆਪਣੇ ਘਰੋਂ ਲੜਨਾ ਚਾਹੀਦਾ ਚੁਣਾਵ ਲੜਨਾ ਚਾਹੀਦਾ, ਉਹ ਤਾਂ ਚਲੋ 2019 ਦੀ ਗੱਲ ਹੈਗੀ ਹੈ, 2019 ਤੇ ਤਿਆਰੀਆਂ ਤਾਂ ਹੁਣ ਹੋਣੀਆਂ ਨੇ, ਪਰ ਜੇ ਹਾਂ ਜੇ ਜ਼ਰੂਰ ਕਹਿ ਕਹਿੰਦੇ ਨੇ ਕੋਈ ਛੋਟੀ ਮੋਟੀ ਜ਼ਿੰਮੇਵਾਰੀ ਦੇ ਦਿੰਦੇ ਤਾਂ ਅਸੀਂ ਵੀ ਯੋਗਦਾਨ ਪਾ ਦਿੰਦੇ, ਅਸੀਂ ਵੀ ਰੋਜ਼ ਕਹਿ ਕਹਿੰਦੇ ਨੇ ਟੈਲੀਵਿਜ਼ਨ ਦੇ ਉੱਪਰ ਅੰਦਰ ਬਾਹਰ ਕਾਂਗਰਸ ਪਾਰਟੀ ਵਾਸਤੇ 35 ਸਾਲ ਦੇ ਲੜਦੇ ਹਾਂ। ਤੁਹਾਨੂੰ ਲੱਗਦਾ ਕਾਂਗਰਸ ਦੇ ਓਬਜ਼ਰਵਰ ਜਿਹੜੇ ਇੰਚਾਰਜ ਨੇ ਉੱਥੋਂ ਦੇ ਉਹਨਾਂ ਜਾਣ ਬੁੱਝ ਕੇ ਕਿਹਾ ਛੱਡਿਆ ਮਨੀਸ਼ ਤਿਵਾਰੀ ਨੂੰ ਬਾਹਰ ਰੱਖਣ ਵਾਸਤੇ ਤਾਂ ਕਿ ਜਾ ਹੀ ਨਾ ਬਿਲਕੁਲ ਇੱਥੇ, ਮੈਨੂੰ ਨਹੀਂ ਪਤਾ ਕਿਉਂ ਕਿਹਾ ਕਿਉਂ ਨਹੀਂ ਕਿਹਾ, ਸਾਰਿਆਂ ਨੂੰ ਮਿਲ ਕੇ ਚਲਾਉਣਾ ਚਾਹੀਦਾ ਨਾ, ਪਰ ਮੈਨੂੰ ਨਹੀਂ ਪਤਾ ਕਿਉਂ ਕਿਹਾ ਕਿਉਂ ਨਹੀਂ ਕਿਹਾ, ਪਰ ਮੈਨੂੰ ਇਹ ਜ਼ਰੂਰ ਪਤਾ ਹੈਗਾ ਕਿ ਜੋ ਅਖਬਾਰ ਛਪਿਆ ਹੈਗਾ ਤੁਹਾਨੂੰ ਕੀ ਬੁਲਾਇਆ ਵੀ ਨਹੀਂ ਨਾ ਕੈਂਪੇਨ ਕਰਨ ਵਾਸਤੇ, ਸੋ ਜਦੋਂ ਕਹਿ ਕਹਿੰਦੇ ਨੇ ਉਹਨਾਂ ਨੇ ਸੋਚਿਆ ਕਿ ਬਈ ਜਿਹੜੀ ਲੋਕਲ ਲੀਡਰਸ਼ਿਪ ਹੈ ਉਹ ਇੰਨੀ ਸਕਸ਼ਮ ਹੈਗੀ ਹੈ ਉਹ ਆਪਣੇ ਆਪ ਹੀ ਚੋਣ ਜਿਤਾ ਲਏਗੀ, ਤਾਂ ਫਿਰ ਕਹਿ ਕਹਿੰਦੇ ਨੇ ਇਹ ਬਿਹਤਰ ਰਹਿੰਦਾ ਕਿ ਜਿਹਨੂੰ ਜ਼ਿੰਮੇਵਾਰੀ ਦਿੱਤੀ ਹੈਗੀ ਉਹ ਜ਼ਿੰਮੇਵਾਰੀ ਨਿਭਾਵੇ। ਇੱਕ ਗੱਲ ਤਾਂ ਮੰਨ ਰਹੇ ਹੋ ਨਾ, ਫਿਰ ਇੰਨੇ ਸਾਰੇ ਫੈਕਸ਼ਨ ਨੇ ਉੱਥੇ ਕਾਂਗਰਸ ਮਿਲ ਕੇ ਸਭ ਜਿਹੜਾ ਵੀ ਬੰਦਾ ਵੋਟ ਲੈ ਸਕਦਾ ਚਾਹੇ 5 ਲੈਵੇ 4 ਲੈਵੇ ਤਾਂ ਸਮੁੰਦਰ 'ਚ ਬੂੰਦ
बूंद पाँदे तो समुद्र बाल पा नहीं आता गंदी उस तेरे तरह योगदान हो सकता थी उत्तर उन्होंने क्या नहीं रखना इन्ने फैक्शन है तुम्हारे पवन बंसल फैक्शन है कोई थोड़ा जरा जो चीफ है उन्होंने फैक्शन है एक कहें मनीष तिवारी का भी कोई फैक्शन छोटा मोटा होना तो कोई लगता नहीं धड़े बने इन्ने सारे धड़े ने आप कांग्रेस हार गए अपने कांग्रेसी ने देखो इदा इस चीज़ का तो विश्लेषण करना पेगा कि यह हार क्यों हुई है पर यह पार्टी का फैसला सेगा कि जेडे उत्थों एम पी रहे ने इन्ने सालों तो और जेडे लोकल कांग्रेस की प्रधान ने उन्हां दी रहनुमाई चोण लड़ाउणा ते एक कांग्रेस का सिपाही होने के नाते असी उस फैसले दे कोल चढ़ाए ने हुण जिम्मेवारी किहनूं दिओगे राहुल की पॉपुलैरिटी आई नहीं है या कहोगे लोकल पवन बंसल जी दे उन्हां जिहड़ी लोकल पार्टी सी उन्हां ने राठौर चुनाव देखो देखो प्रभु जी उह तां कह रहे कांग्रेस बीजेपी पहले कह रहे थे कि मोनेटाइजेशन दा एंडोर्समेंट है मोदी जी दी विक्टरी है चंडीगढ़ च देखो ऐसा तुहाडे करके राहुल दी डिफीट हो गई है देखो जे कहिंदे ने बीजेपी वाले सोचते ने कि ये कोई नोटबंदी ते रेफरेंडम है या नोटबंदी दा एंडोर्समेंट है नोटबंदी दा एंडोर्समेंट है इस तो वड्डी भुल होर कोई नहीं हो सकती ये थोड़ी गल बिल्कुल ठीक है कि कांग्रेस पार्टी ने उत्थे चोणां च इहनूं मुद्दा बनाउण दी कोशिश की पर हर सिविक चोण दे विच और ये मेरा अपना तजुर्बा है मैनूं भी 35 साल हो गए काम करदे नूं लोग फर्क करते हैं कि जो सिविक इलेक्शन हैगा उसे लोकल मुद्दों के वोट पाते हैं जे सूबे की चोण हैगी है सूबे के मुद्दों के वोट पाते हैं और जो राष्ट्र की चोण होगी उदों मोदी का मूल्यांकन पूरी तरह कर कांग्रेस पार्टी स्ट्रैटजी कि मुद्दे चुकने चाहिए ने तुम्हें ए मतलब कांग्रेस हाले तक कोई एक्सपीरियंस नहीं है थोड़े कि लोकल इलेक्शन नोटबंदी का इशू तुम्हें बना छड़े एद लोकल लोगों की इन्नी क्रेडिबिलिटी घट सी कि लोगों ने समझा नहीं उसे इशू नू देखो हूँ क्या कहने को इशू नहीं सी नहीं देखो इसते हूँ मैं कोई लंबी चौड़ी टिप्पणी नहीं करना चाहता क्योंकि इसते बहुत ही सोच विचार करने की जरूरत है विश्लेषण करने की लोड़ हैगी है पर हाँ ये थोड़ी गल बिल्कुल ठीक है कि लोकल चोणां दे विच जिहड़े लोकल मुद्दे हुंदे ने स्थानीय मुद्दे हुंदे ने उन्हां नू प्राथमिकता देने की लोड़ है क्योंकि लोग उन्हां मुद्दों मुख रख के अपने फैसले करते हैं गल दसो मनीष जी सीधी गल कर रहे हैं ये चोणां तुसीं हारे चंडीगढ़ की इस करके हारे कि मनीष तिवारी मिसिंग सी उत्थों इस करके हारे कि तुसीं तुहाडे लोग आपस लड़ी जा रहे सन इस करके हारे तुसीं तुहाडे कोई मुद्दे समझ नहीं आए या इस करके हारे तुहाडे कैंडीडेट निकलदे सन सारे सारे मैं गल तुसीं सीधी कर रहे हो तो जवाब भी मैं सीधा दूंगा कि ये सारे जिहड़े कारण तुसीं गणाए ने इन्हां सारे कारण दा दी भी उत्कृष्ट समिश्रण जी कहते हैं बंदे सारे कैंडिडेट भी बेकार सन उत्ते स्ट्रैटजी भी बेकार सी मैं नहीं कहता कैंडिडेट भी सारे बेकार सी स्ट्रैटजी भी बेकार सी उहदे बड़े सीनियर सीनियर लोग साडे उत्थे जिन्हां ने अपनी पूरी जिंदगी दे दी कांग्रेस पार्टी नूं लड़े ने पर हाँ इस गल ते बहुत चिंता करने की लोड़ हैगी है कि जे असी हरे हैं क्योंकि साड़ी पिछली बारी 11 सीटा उस तो पहला 13 सीटा सीगियां और जे वो आज 4 ते रह गईयां ने तो इस गल ते जरूर विचार करने की लोड़ हैगी पर तुहानूं लगता नहीं कि उत्थे ग्रुप बाजी है तुहाडी पार्टी च कांग्रेस नूं कांग्रेस नाल आ छड्डा पिछलो के भी कह रहे ने देखो देखो जी क्या कहने ने धड़ेबाजी तां हर पार्टी दे विच अग लगी घर के जरा से नहीं नहीं धड़ेबाजी तां भारतीय जनता पार्टी च भी हैगी है तुसीं देखिया कि ओ जित के आ गए ना कौन भूल जांदे सारे उहनूं तुसीं देखिया किवें अडवाणी जी ने हल्ला बोलिया हैगा सुषमा अपना स्पीकर साहिबा ते ਹੁਣ ਲੋਕੀ ਕਹਿੰਦੇ ਨੇ ਕਿ ਉਹਨਾਂ ਨੂੰ ਲੱਗ ਰਿਹਾ ਹੈਗਾ ਇਸ਼ੂ ਡਾਇਵਰਟ ਕਰ ਨਹੀਂ ਮੈਂ ਇਸ਼ੂ ਨਹੀਂ ਡਾਇਵਰਟ ਕਰ ਰਿਹਾ ਮੈਂ ਤੁਹਾਨੂੰ ਧੜੇਬਾਜ਼ੀ ਦੀ ਗੱਲ ਕਰ ਰਿਹਾ ਹਾਂ ਉਹ ਤਾਂ ਜਿੱਤ ਰਹੇ ਨੇ ਇਲੈਕਸ਼ਨ ਉਹਦੇ ਬਾਅਦ ਵੀ ਜਿੱਤ ਰਹੇ ਨੇ ਉਹਲੇ ਤੁਸੀਂ ਕਹਿੰਦੇ ਧੜੇਬਾਜ਼ੀ ਦੀ ਗੱਲ ਕੀਤੀ ਮੈਂ ਧੜੇਬਾਜ਼ੀ ਦਾ ਜਵਾਬ ਦੇ ਰਿਹਾ ਕਿ ਇੱਥੇ ਚੋਣਾਂ ਤੇ ਨਹੀਂ ਆ ਰਹੇ ਨਾ ਜਨਤਾ ਪਾਰਟੀ ਦੇ ਵਿੱਚ ਧੜੇਬਾਜ਼ੀ ਬਿਲਕੁਲ ਕਹਿ ਕਹਿੰਦੇ ਨੇ ਕਿ ਸੀਮਾ ਤੇ ਪਹੁੰਚੀ ਹੋਈ ਹੈ ਕਿ ਉਹਨਾਂ ਨੂੰ ਲੱਗਦਾ ਕਿ ਤੇ ਸੁਮਿਤਰਾ ਮਹਾਜਨ ਜੀ ਰਾਸ਼ਟਰਪਤੀ ਨਾ ਬਣ ਜਾਣ ਤੇ ਅਡਵਾਨੀ ਜੀ ਨੇ ਕਹਿ ਕਹਿੰਦੇ ਆਪਣਾ ਸੁਮਿਤਰਾ ਮਹਾਜਨ ਜੀ ਦੇ ਮਨੀਸ਼ ਜੀ ਤੁਹਾਨੂੰ ਚੰਗੇ ਲੜ ਗਏ ਪਰ ਸਵਾਲ ਹੈ ਕਿ ਉਹਨਾਂ ਕਰਕੇ ਚੋਣਾਂ ਤੇ ਨਹੀਂ ਆ ਰਹੇ ਲੋਕਾਂ ਨੇ ਫਿਰ ਵੀ ਤੁਹਾਨੂੰ ਮਾਰਿਆ ਉਹਨਾਂ ਨੂੰ ਤਾਂ ਨਹੀਂ ਮਾਰਿਆ ਦੇਖੋ ਮੈਨੂੰ ਇਹ ਗੱਲ ਦੱਸੋ ਇਹ ਭਾਰਤੀ ਜਨਤਾ ਪਾਰਟੀ ਵੀ 10 ਸਾਲ ਸੱਤਾ ਤੋਂ ਬਾਹਰ ਰਹੀ ਹੈ ਇਹਨਾਂ ਨੂੰ ਲੱਗਦਾ ਸੀ 2004 ਦੇ ਵਿੱਚ ਜਦੋਂ ਚੋਣ ਹਾਰੇ ਨੇ ਕਿ ਯੂਪੀ ਦੀ ਸਰਕਾਰ ਹੋਰ ਕਹਿ ਕਹਿੰਦੇ ਮਹੀਨੇ 'ਚ ਗਿਰ ਜੂਗੀ ਮਹੀਨੇ ਦੇ ਹੋ ਗਏ 10 ਸਾਲ ਅੱਜ ਤਾਂ ਇਹਨਾਂ ਨੂੰ 2.5 ਸਾਲ ਹੋਏ ਨੇ ਔਰ 2.5 ਸਾਲ ਦੇ ਵਿੱਚ ਜੋ ਮੁਲਕ ਦਾ ਹਾਲ ਹੋਇਆ ਗੱਲ ਕਰਾਂਗਾ ਉਹਦੇ ਬਾਅਦ ਜਿਹੜੇ ਨੈਸ਼ਨਲ ਪੋਲੀਟਿਕਸ ਦੀ ਬਾਰੇ ਗੱਲ ਕਰਾਂ ਪਰ ਮੈਨੂੰ ਲੱਗਦਾ ਕਿ ਲੋਕਲ ਇਲੈਕਸ਼ਨ ਜਿਸ ਤਰ੍ਹਾਂ ਹੋ ਰਹੇ ਨੇ ਚੰਡੀਗੜ੍ਹ ਤੁਸੀਂ ਚੁਣਾਵਾਂ ਹਾਰ ਗਏ ਦੇਖੋ ਚੋਣਾਂ ਹਾਰ ਗਏ ਚੰਡੀਗੜ੍ਹ ਤੁਹਾਡਾ ਧੜੇ ਇੰਨੇ ਬਣੇ ਨੇ ਪੰਜਾਬ ਵਿੱਚ ਇਹਦਾ ਅਸਰ ਪੰਜਾਬ ਦੇ ਆਉਣ ਵਾਲੇ ਇਲੈਕਸ਼ਨ 'ਚ ਹੋਏਗਾ ਨਹੀਂ ਮੈਂ ਪੁੱਛਾਂਗਾ ਛੋਟੇ ਜਿਹੇ ਬ੍ਰੇਕ ਦੇ ਕੋਲ ਲੈਣ ਮੈਨੂੰ ਪੁੱਛਾਂਗਾ ਦੇ ਬਾਅਦ सीधी गल एक बार तुहाडा फिर तो स्वागत है असी गल कर रहे हैं मनीष तिवारी जी नाल मैं तुहाडे फैक्शन की गल कर रहा सी ब्रेक तो पहले
ਬੜੇ ਸਾਰੇ ਫੈਕਸ਼ਨ ਇਹ ਤੁਹਾਨੂੰ ਪਤਾ ਸਾਰੇ ਅਖਬਾਰਾਂ 'ਚ ਛਪਦਾ ਤੁਹਾਨੂੰ ਵੀ ਪਤਾ ਹੈ ਤੁਸੀਂ ਮੰਨੋਗੇ ਨਹੀਂ ਸਿੱਧੀ ਗੱਲ ਤਾਂ ਇੱਥੇ ਨਹੀਂ ਕਰੋਗੇ ਹੁਣ ਬਾਜਵਾ ਫੈਕਸ਼ਨ ਕੈਪਟਨ ਫੈਕਸ਼ਨ ਬੱਟਲ ਫੈਕਸ਼ਨ ਪਤਾ ਕਿੰਨੇ ਕਿੰਨੇ ਫੈਕਸ਼ਨ ਨੇ ਔਰ ਕਹਿੰਦੇ ਲੁਧਿਆਣੇ 'ਚ ਇੱਕ ਹੋਰ ਫੈਕਸ਼ਨ ਵੀ ਹੈ ਉਹਦਾ ਨਾਂ ਹੈ ਮਨੀਸ਼ ਤਿਵਾਰੀ ਫੈਕਸ਼ਨ ਤੁਸੀਂ ਧੜੇ ਤੋਂ ਜਿਹੜੇ ਧੜੇ ਭਾਅ ਜੀ ਲੁਧਿਆਣੇ 'ਚ ਉਹਦੇ ਵਾਸਤੇ ਤੁਸੀਂ ਰਿਸਪੋਂਸੀਬਲ ਹੋ ਦੱਸੋ ਕਿਉਂ ਫੈਕਸ਼ਨ ਨੇ ਇੰਨੇ ਸਾਰੇ ਹਰ ਪਾਰਟੀ 'ਚ ਹੁੰਦੇ ਨੇ ਪਰ ਤੁਹਾਡੀ ਪਾਰਟੀ 'ਤੇ ਨਜ਼ਰ ਆਉਂਦੇ ਨੇ ਦੇਖੋ ਇੱਦਾਂ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਯੂਵਾ ਫੈਕਸ਼ਨ ਤੁਹਾਡਾ ਸਿਰਫ ਨਹੀਂ ਨਹੀਂ 60 ਸਾਲ ਦੇ ਥੱਲੇ ਵਾਲੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਕਾਂਗਰਸ ਪਾਰਟੀ ਦੇ ਵਿੱਚ ਧੜੇ ਨਹੀਂ ਹੈਗੇ ਕਾਂਗਰਸ ਪਾਰਟੀ ਦੇ ਵਿੱਚ ਅਲੱਗ ਅਲੱਗ ਕੱਦ ਦੇ ਵੱਖ ਵੱਖ ਲੀਡਰ ਹੈਗੇ ਨੇ ਅਤੇ ਇਸ ਲਈ ਜਿਹੜੇ ਤੁਹਾਨੂੰ ਧੜੇ ਦਿਖਦੇ ਨੇ ਉਹ ਵੱਖ ਵੱਖ ਕੱਦ ਬੋਲਣ ਇੰਚਾਂ ਦੇ ਹਿਸਾਬ ਨਾਲ ਇੰਚਾਂ ਦੇ ਹਿਸਾਬ ਨਾਲ ਕਿਲੋਆਂ ਦੇ ਹਿਸਾਬ ਨਾਲ ਛਾਤੀ ਦੇ ਹਿਸਾਬ ਨਾਲ ਯੂਨੋ ਪਾਰਟੀ ਦੇ ਵਿੱਚ ਜਿਹੜੀ ਸਰਵਿਸ ਹੈਗੀ ਹੈ ਉਹਦੇ ਹਿਸਾਬ ਨਾਲ ਅਲੱਗ ਅਲੱਗ ਕੱਦ ਦੇ ਲੋਕ ਨੇ ਤੋ ਇਸ ਲਈ ਤੁਹਾਨੂੰ ਲੱਗਦਾ ਕਿ ਧੜੇ ਨੇ ਇੱਦਾਂ ਕਾਂਗਰਸ ਪਾਰਟੀ ਦੇ ਵਿੱਚ ਧੜਾ ਕੋਈ ਨਹੀਂ ਬੱਟਲ ਔਰ ਕੈਪਟਨ ਸਾਹਿਬ ਦੀ ਉਮਰ ਕਿਹੜੇ ਵੱਡੇ ਨੇ ਸੀਨੀਅਰ ਕੌਣ ਨੇ ਬੱਟਲ ਤਾਂ ਨੇ ਕੈਪਟਨ ਨੇ ਮੇਰੇ ਖਿਆਲ ਦੀ ਦੇਖੋ ਪਤਾ ਨਹੀਂ ਕਿ ਕਿੰਨੇ ਨੇ ਉਮਰ 'ਚ ਕੌਣ ਵੱਡੇ ਨੇ ਕੌਣ ਵੱਡੇ ਨਹੀਂ ਹੈਗੇ ਪਰ ਦੇਖੋ ਪੰਜਾਬ ਦੇ ਵਿੱਚ ਇੱਕੋ ਮੁੱਦਾ ਹੈ ਔਰ ਪੰਜਾਬ ਦੇ ਵਿੱਚ ਜਿਹੜਾ ਮੁੱਦਾ ਹੈ ਉਹ ਅਕਾਲੀ ਦਲ ਭਾਜਪਾ ਸਰਕਾਰ ਦਾ 10 ਵਰ੍ਹਿਆਂ ਦਾ ਕੁਸ਼ਾਸਨ ਹੈ ਲੋਕ ਨਾ ਕਿਸੇ ਧੜੇ ਨੂੰ ਦੇਖ ਰਹੇ ਨੇ ਲੋਕ ਨਾ ਕਿਸੇ ਲੀਡਰ ਨੂੰ ਦੇਖ ਰਹੇ ਨੇ ਇਸ ਵਾਰੀ ਜਿਹੜੀ ਵੋਟ ਪੈਣੀ ਹੈ ਪੰਜਾਬ ਦੇ ਵਿੱਚ ਪ੍ਰਭੂ ਜੀ ਉਹ ਅਕਾਲੀ ਦਲ ਭਾਜਪਾ ਦੇ ਖਿਲਾਫ਼ ਵੋਟ ਪੈਣੀ ਹੈ ਧੜੇ ਦੀ ਗੱਲ ਜਦੋਂ ਕਰ ਰਿਹਾ ਕਿ ਕੈਪਟਨ ਸਾਹਿਬ ਦੇ 5 ਸਾਲ ਰਹੇ ਸੀ ਉਸ ਵੇਲੇ ਉਹਦੇ ਬਾਅਦ ਲੋਕਾਂ ਨੇ ਹਰਾ ਹੀ ਦਿੱਤਾ ਨਾ ਉਹਨਾਂ ਨੂੰ ਇਹਦਾ ਮਤਲਬ ਉਹ ਤੋਂ ਉਹਨਾਂ ਉਸ ਤੋਂ ਖੁਸ਼ ਨਹੀਂ ਸਨ ਲੋਕ ਕੈਪਟਨ ਸਾਹਿਬ ਨੂੰ ਬਾਹਰ ਕੱਢ ਕੇ ਮਾਰਿਆ ਦੂਜੀ ਵਾਰੀ ਦੇ ਦਿੱਤਾ ਪਹਿਲੀ ਵਾਰੀ ਪੰਜਾਬ ਵਿੱਚ ਕਿ ਅਕਾਲੀ ਨੇ ਦੁਬਾਰਾ ਸਰਕਾਰ ਮਿਲ ਗਈ ਤੁਹਾਡਾ ਕੰਮ ਇੰਨੇ ਅੱਛੇ ਸਨ ਕਿ ਉਹਨਾਂ ਨੇ ਕਿਹਾ ਅਕਾਲੀ ਚੰਗੇ ਨੇ ਤੁਹਾਡੇ ਤੋਂ ਨਹੀਂ ਦੇਖੋ ਇੱਦਾਂ ਹੈ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ 2007 ਔਰ 2012 ਦੀ ਚੋਣ ਕਾਂਗਰਸ ਪਾਰਟੀ ਹਾਰੀ ਔਰ ਅਕਾਲੀ ਦਲ ਭਾਜਪਾ 2014 ਫਿਰ ਹਾਰੇ ਅਕਾਲੀ ਦਲ ਨਾ ਆਪਣਾ 2014 ਲੋਕ ਸਭਾ ਦੇ ਵਿੱਚ ਕਾਂਗਰਸ ਦੀਆਂ ਵੀ 3 ਸੀਟਾਂ ਆਈਆਂ ਨੇ ਅਕਾਲੀਆਂ ਦੀ ਵੀ ਪਹਿਲਾਂ ਸਾਡੀ 8 ਸੀਗੀਆਂ ਪਰ ਪਿਛਲੇ ਜਿਹੜੇ 10 ਵਰ੍ਹੇ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਭਾਜਪਾ ਨੂੰ ਦਿੱਤੇ ਨੇ ਇਹਨਾਂ ਨੇ ਕਮਰੇ 9 ਤੇ ਡੱਕਾ ਨਹੀਂ ਤੋੜਿਆ ਪੰਜਾਬ ਦੇ ਲੋਕ ਇਹ ਨਹੀਂ ਦੇਖ ਰਹੇ ਕਿ ਅਮਰਿੰਦਰ ਸਿੰਘ ਬਾਜਵੇ ਬਾਰੇ ਕੀ ਕਹਿੰਦਾ ਜਾਂ ਬਾਜਵਾ ਅਮਰਿੰਦਰ ਸਿੰਘ ਬਾਰੇ ਕੀ ਕਹਿੰਦਾ ਜਾਂ ਬੀਬੀ ਭੱਠਲ ਇਹਨਾਂ ਦੋਹਾਂ ਬਾਰੇ ਕੀ ਕਹਿੰਦੀ ਹੈ ਉਹਨਾਂ ਦਾ ਇੱਕ ਟੀਚਾ ਹੈਗਾ ਉਹਨਾਂ ਦਾ ਟੀਚਾ ਹੈ ਬਾਹਰ ਕੱਢਣਾ ਹੈ ਮੰਗੇਰੀ ਲਾਲ ਦੇ ਸੁਪਨੇ ਦੀ ਗੱਲ ਹੋ ਗਈ ਤੁਹਾਡੀ ਗੱਲ ਮੰਗੇਰੀ ਲਾਲ ਦਾ ਸੁਪਨਾ ਨਹੀਂ ਹੈਗਾ ਚਾਵਲਾ ਸਾਹਿਬ ਤੁਸੀਂ ਦੇਖਣਾ ਇਸ ਵਾਰੀ ਜਦੋਂ ਜਿਸ ਦਿਨ ਮਾਡਲ ਕੋਡ ਆਫ ਕੰਡਕਟ ਲੱਗ ਗਿਆ ਇਹ ਅਕਾਲੀ ਦਲ ਤਾਂ ਪਹਿਲੇ ਖਾਲੀ ਦਲ ਬਣ ਰਿਹਾ ਹੈਗਾ ਇਹ ਬਿਲਕੁਲ ਹੀ ਖਾਲੀ ਹੋ ਜਾਣਾ ਛੱਡ ਗਏ ਤੁਹਾਡੇ ਲੋਕੀ ਜਾ ਰਹੇ ਨੇ ਕਾਂਗਰਸ ਹੰਸਰਾਜ ਹੰਸ ਚਲਾ ਗਿਆ ਤੁਹਾਨੂੰ ਛੱਡ ਗਏ ਦੇਖੋ ਹੰਸਰਾਜ ਹੰਸੋ ਕਾ ਜੋੜਾ ਵਿਖਰ ਗਏ ਉਹ ਕਹਿ ਕਹਿੰਦੇ ਨੇ ਹੰਸ ਉੜਦਾ ਅਕਾਲੀਆਂ 'ਚੋਂ ਆਇਆ ਸੀਗਾ ਉੜਦਾ ਭਾਰਤੀ ਜਨਤਾ ਪਾਰਟੀ ਚਲਾ ਗਿਆ ਤੇ ਇਹੋ ਜਿਹੇ ਜਿਹੜੇ ਹੰਸ ਨੇ ਉਹ ਆਉਂਦੇ ਜਾਂਦੇ ਰਹਿੰਦੇ ਨੇ ਕਈ ਕਈ ਲੋਕੀ ਛੱਡ ਗਏ ਤੁਹਾਡੇ ਕੰਮ ਕਈ ਆਪ ਹੀ ਚਲੇ ਗਏ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਛੱਡ ਕੇ ਤਾਂ ਜਿਹੜੇ ਅਕਾਲੀ ਦਲ ਦੇ ਉੱਘੇ ਵਜ਼ੀਰ ਰਹੇ ਨੇ MLA ਰਹੇ ਨੇ ਉਹ ਛੱਡ ਕੇ ਕਿਉਂ ਆ ਰਹੇ ਨੇ ਕਿਉਂਕਿ ਉਹਨੂੰ ਦਿਖ ਰਿਹਾ ਹੈਗਾ ਕਿ ਲੋਕਾਂ ਦਾ ਜਿਹੜਾ ਗੁੱਸਾ ਅਕਾਲੀ ਦਲ ਦੇ ਖਿਲਾਫ਼ ਔਰ ਭਾਜਪਾ ਦੇ ਖਿਲਾਫ਼ ਪੰਜਾਬ ਦੇ ਵਿੱਚ ਉਹ ਇੱਕ ਵਾਰੀ ਫੁੱਟ ਕੇ ਨਿਕਲੂਗਾ ਤੁਹਾਨੂੰ ਦੱਸਾਂ ਕਿ ਡਿਫਰੈਂਸ ਆਫ ਓਪੀਨੀਅਨ ਚਾਵਲਾ ਸਾਹਿਬ ਮੈਂ ਮੰਨਦਾ ਹੈਗਾ ਮੈਂ ਇਸ ਗੱਲ ਨੂੰ ਸਵੀਕਾਰ ਕਰਦਾ ਹੈਗਾ ਕਿ ਡਿਫਰੈਂਸ ਆਫ ਓਪੀਨੀਅਨ ਹਰ ਪੋਲੀਟੀਕਲ ਪਾਰਟੀ 'ਚ ਹੁੰਦੇ ਨੇ ਪਰ ਜਦੋਂ ਤੁਸੀਂ ਓਪਨਲੀ ਬਾਜਵਾ ਸਾਹਿਬ ਜਹਾਜ਼ ਹੀ ਜਾ ਰਹੇ ਸਨ ਕੈਪਟਨ ਸਾਹਿਬ ਨਾਲ ਹੈਲੋ ਕਰਕੇ ਰਾਜੀ ਨਹੀਂ ਸਤਿ ਸ਼੍ਰੀ ਅਕਾਲ ਨਹੀਂ ਕਰਦੇ ਹੋ ਦੂਜੇ ਨੂੰ ਜਦੋਂ ਤੁਸੀਂ ਸਿਆਸਤ ਦੀ ਵੱਡੀ ਪ੍ਰਸ਼ਠ ਭੂਮੀ ਦੇਖਦੇ ਹੋ ਤਾਂ ਲੋਕਾਂ ਦਾ ਟੀਚਾ ਇਹ ਹੈ ਕਿ ਅਸੀਂ ਅਕਾਲੀ ਭਾਜਪਾ ਸ਼ਾਸਨ ਤੋਂ ਅੱਕੇ ਹੋਏ ਹਾਂ ਉਹ ਤਾਂ ਚੰਡੀਗੜ੍ਹ ਤੋਂ ਲੱਗ ਗਿਆ ਕਿ ਤੁਸੀਂ ਨਹੀਂ ਆਲੇ ਚੰਡੀਗੜ੍ਹ 'ਚ ਲੋਕੀ ਪੰਜਾਬ ਤੋਂ ਆ ਕੇ ਰਹਿਣ ਲੱਗੇ ਨੇ ਸਾਰੇ ਤੁਸੀਂ ਉਹਨੂੰ ਛੱਡੋ ਗੱਲ ਪਹਿਲੇ ਆਪਣੀ ਗੱਲ ਕਰ ਲਈ ਫਿਰ ਮੈਂ ਅਕਾਲੀ ਦਲ 'ਤੇ ਆਉਂਦਾ ਤੁਹਾਡੇ ਨਾਲ ਗੱਲ ਹੀ ਕਹਿ ਕਹਿੰਦੇ ਪੰਜਾਬ 'ਚ ਅਕਾਲੀਆਂ ਦੀ ਹੈਗੀ ਹੈ ਅਗਰ ਤੁਸੀਂ ਗਰੋਥ ਰੇਟ ਦੇਖੋ ਇੰਡੀਆ 'ਤੇ ਐਵਰੇਜ ਤੋਂ ਘੱਟ ਨਹੀਂ ਹੈਗਾ ਉਹਨਾਂ ਦਾ ਗਰੋਥ ਰੇਟ ਇਸ ਵੇਲੇ ਜੋ ਹੈਗਾ 7% ਤਾਂ ਉਹਨਾਂ ਦਾ 8-9% 'ਤੇ ਚੱਲ ਰਿਹਾ ਗਰੋਥ ਰੇਟ ਉੱਥੇ ਜਾ ਕੇ ਐਗਰੀਕਲਚਰ ਪ੍ਰੋਡਕਸ਼ਨ ਦੇਖੋ ਪਹਿਲੇ ਤੋਂ ਜ਼ਿਆਦਾ ਹੈਗੀ ਹੈ ਪਾਵਰ ਪ੍ਰੋਡਕਸ਼ਨ ਪਹਿਲੇ ਤੋਂ ਜ਼ਿਆਦਾ ਹੈਗੀ ਹੈ 10 ਸਾਲ ਪਹਿਲੇ ਜੋ ਮੈਨੂੰ ਇੱਕ ਗੱਲ ਦੱਸੋ 10 ਸਾਲ ਤੋਂ ਪਹਿਲੇ ਫਿਗਰਾਂ ਤਾਂ ਇੰਪਰੂਵ ਕੀਤੀਆਂ ਨੇ ਮੈਨੂੰ ਇਹ ਦੱਸੋ ਤੁਸੀਂ ਛੱਡ ਕੇ ਗਏ ਸੀ ਉੱਥੇ ਕਿਤੇ ਤੁਹਾਡਾ ਵੀ ਬਣਦਾ ਸੀ ਮੈਨੂੰ ਇੱਕ ਗੱਲ ਦੱਸੋ ਚਾਵਲਾ ਸਾਹਿਬ ਜਦੋਂ ਕਿਆ ਕਹਿੰਦੇ ਨੇ ਕਾਂਗਰਸ ਦੀ ਸਰਕਾਰ ਸੀਗੀ ਉੱਥੇ 2002 ਤੋਂ ਲੈ ਕੇ 2007 ਤੱਕ ਤੁਸੀਂ ਤਾਂ ਇੰਡੀਆ ਟੂਡੇ ਸੀਗੇ ਤੁਸੀਂ ਹਰ ਸਾਲ ਕਿਆ ਕਹਿੰਦੇ ਸਟੇਟ ਅਵਾਰਡ ਦਿੰਦੇ ਸੀਗੇ ਹੈ ਪੰਜਾਬ ਨਹੀਂ ਪੰਜਾਬ ਪਹਿਲੇ ਨੰਬਰ 'ਤੇ ਆਉਂਦਾ ਸੀਗਾ ਮੇਰੇ ਖਿਆਲ 2005 'ਚ ਵੀ 6 'ਚ ਵੀ 7 'ਚ ਵੀ ਆਹ ਪੰਜਾਬ ਉਹ ਸੂਬਾ 19ਵੇਂ ਨੰਬਰ 'ਤੇ ਕਿਵੇਂ ਆ ਗਿਆ ਹਰ ਇੰਡੈਕਸ ਦੇ ਉੱਪਰ ਪਿਛਲੇ 10 ਵਰ੍ਹਿਆਂ ਦੇ ਵਿੱਚ ਪੰਜਾਬ ਪਿੱਛੇ ਹੀ ਗਿਆ ਅੱਗੇ ਕਿੱਥੇ ਗਿਆ ਹੈਗਾ ਪੰਜਾਬ ਦੇ ਵਿੱਚ ਜਿਹੜਾ ਕਾਰੋਬਾਰੀ ਹੈ ਉਹ ਰੁਲ ਗਿਆ ਪੰਜਾਬ ਦੀ ਖੇਤੀ ਰੁਲ ਗਈ
ਪੰਜਾਬ ਦਾ ਜਿਹੜਾ ਕਿ ਇੰਡਸਟਰੀ ਹੈਗੀ ਉਹ ਸਾਰੀ ਮੱਧ ਪ੍ਰਦੇਸ਼ ਚਲੀ ਗਈ, ਉਹ ਸ਼ਿਵਰਾਜ ਸਿੰਘ ਚੌਹਾਨ ਸਾਰੀ ਟੈਕਸਟਾਈਲ ਇੰਡਸਟਰੀ ਲੁਧਿਆਣੇ ਦੀ ਚੱਕ ਕੇ ਮੱਧ ਪ੍ਰਦੇਸ਼ ਲੈ ਗਿਆ, ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ? ਪਿਛਲੇ 10 ਵਰ੍ਹਿਆਂ 'ਚ ਹੀ ਹੋਇਆ ਨਾ ਸਭ ਕੁਝ। ਤੁਹਾਡੀ ਗੱਲ ਜਿਹੜੀ ਮੈਂ ਉਦੋਂ ਤੈਅ ਨਾ ਕਿ ਪੰਜਾਬ ਦੇ ਵਿੱਚ ਤੁਸੀਂ ਕਾਂਗਰਸ ਡਾਇਵਰਟ ਕਰਨ ਦੀ ਕੋਸ਼ਿਸ਼ ਕਰ, ਮੈਂ ਕਿ ਕਾਂਗਰਸ ਜਿਹੜੇ ਲੀਡਰ ਸਨ ਪਹਿਲੇ, ਕਈ ਲੋਕਾਂ ਨੇ ਮਿਹਨਤਾਂ ਕੀਤੀਆਂ ਉੱਥੇ ਖੜ੍ਹੇ ਹੋਏ, ਤੁਸੀਂ ਪੁਰਾਣੀ ਹਿਸਟਰੀ ਚਲੇ ਜਾਓ, ਦਰਬਾਰਾ ਸਿੰਘ ਦੀ ਹਿਸਟਰੀ ਲੈ ਲਓ, ਫਿਰ ਉੱਥੇ ਗਿਆਨੀ ਜੈਲ ਸਿੰਘ ਦੀ ਲੈ ਲਓ, ਉਸ ਤੋਂ ਪਰੇ ਪ੍ਰਤਾਪ ਸਿੰਘ ਕਹਿਣ ਦੀ ਲੈ ਲਓ, ਉਸ ਦੇ ਨੇਤਰ ਨੇਤਾ ਵੀ ਤਾਂ ਪੰਜਾਬ ਵਿੱਚ ਨਹੀਂ ਬਚੇ ਨਾ। ਹੁਣ ਮਨੀਸ਼ ਤਿਵਾਰੀ ਦੇ ਪਰਿਵਾਰ ਦੇਖੋ, ਤੁਸੀਂ ਤੁਹਾਡੇ ਪਰਿਵਾਰ ਨੇ ਸੈਕਰੀਫਾਈਜ਼ ਕੀਤਾ, ਇੰਨਾ ਸ਼ਹੀਦ ਹੋ ਗਏ। ਹੁਣ ਮਨੀਸ਼ ਤਿਵਾਰੀ ਦੇ ਬਾਰੇ ਕਹਿੰਦੇ ਤੁਸੀਂ ਪੰਜਾਬ ਦੇ ਘੱਟ ਕਹਿੰਦੇ, ਦਿੱਲੀ ਦੇ ਟੀਵੀ 'ਤੇ ਜ਼ਿਆਦਾ ਦਿਖਾਈ ਦਿੰਦੇ ਹੋ। ਦੇਖੋ ਇੱਦਾਂ ਹੈ ਕਿ ਇਹਨਾਂ ਨੂੰ ਜਿਹੜੀ ਪਾਰਟੀ ਜ਼ਿੰਮੇਵਾਰੀ ਦਊਗੀ ਉਹ ਜ਼ਿੰਮੇਵਾਰੀ ਤਾਂ ਨਿਭਾਊਂਗਾ। ਹੁਣ ਜੇ ਜ਼ਿੰਮੇਵਾਰੀ ਪਿਛਲੇ 8 ਸਾਲ ਤੋਂ ਪਾਰਟੀ ਦੇ ਉੱਪਰ ਆਪਣਾ ਟੀਵੀ ਦੇ ਉੱਪਰ ਆਉਣ ਦੀ ਹੈਗੀ ਹੈ, ਉੱਥੇ ਮੈਂ ਜ਼ਮੀਨ 'ਤੇ ਜਾ ਕੇ ਤਾਂ ਕੰਮ ਨਹੀਂ ਕਰ ਨਹੀਂ ਸਕਦਾ, ਇਹੀ ਮੇਰੀ ਜ਼ਿੰਮੇਵਾਰੀ ਹੈ, ਤਾਂ ਹੀ ਮੈਂ ਟੀਵੀ ਤੇ ਆਉਂਦਾ ਹੈਗਾ। ਪੰਜਾਬ ਦੀ ਜ਼ਿੰਮੇਵਾਰੀ ਕਿਉਂ ਦਿੰਦੇ ਹੋ ਉੱਥੇ? ਪਾਪੂਲੈਰਿਟੀ ਤੁਹਾਡੀ ਕਿਉਂ ਨਹੀਂ ਪੰਜਾਬ ਦੇ ਜਾ ਕੇ? ਦੇਖੋ ਗੱਲ ਇਹ ਹੈ, ਤੁਸੀਂ ਪ੍ਰਤਾਪ ਸਿੰਘ ਕਹਿਰੋਂ ਦੀ ਗੱਲ ਕੀਤੀ, ਤੁਸੀਂ ਸਰਦਾਰ ਦਰਬਾਰਾ ਸਿੰਘ ਦੀ ਗੱਲ ਕੀਤੀ, ਤੁਸੀਂ ਗਿਆਨੀ ਜ਼ੈਲ ਸਿੰਘ ਦੀ ਗੱਲ ਕੀਤੀ। ਕਾਂਗਰਸ ਉਹੀ ਪਾਰਟੀ ਹੈ ਜਿਹੜੀ 1980 ਤੋਂ ਲੈ ਕੇ 1995 ਤੱਕ, ਜਦੋਂ ਇਹੀ ਕਹਿ ਕਹਿੰਦੇ ਨੇ ਅਕਾਲੀ ਦਲ ਦੇ ਲੀਡਰ ਅੱਤਵਾਦੀਆਂ ਦੇ ਭੋਗਾਂ 'ਤੇ ਜਾਂਦੇ ਸੀਗੇ, ਉਹਨਾਂ ਨੂੰ ਬਾਬੇ ਦੀ ਤਗਮਾ ਦਿੰਦੇ ਸੀਗੇ, ਕਾਂਗਰਸ ਉਹੀ ਪਾਰਟੀ ਹੈ ਜਿਹੜੀ ਏਕਤਾ ਔਰ ਅਖੰਡਤਾ ਦੇ ਮੁਲਕ ਦਾ ਕੈਂਡੀਡੇਟ ਜਿਹੜਾ ਹੈਗਾ ਉਹ ਵੀ ਤਾਂ ਉਸ ਵੇਲੇ ਅਕਾਲੀ ਸੀਗਾ ਪਿੱਛੇ, ਹੁਣ ਥੋੜ੍ਹੀ ਦੇਰ ਬਾਅਦ। ਇੱਦਾਂ ਹੈ, ਇੱਦਾਂ ਹੈ ਕਿ ਉਹ ਤਾਂ ਸੀਗੇ ਤਾਂ ਕਾਂਗਰਸੀ, ਵਿੱਚ ਥੋੜ੍ਹੀ ਦੇਰ ਵਾਸਤੇ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ, ਔਰ ਉਹਨਾਂ ਦੀ ਗੱਲ ਸਹੀ ਵੀ ਸੀਗੀ, ਉੱਧਰ ਚਲੇ ਗਏ, ਉਸ ਤੋਂ ਬਾਅਦ ਉਹ ਵਾਪਸ ਆ ਗਏ, ਕਿਉਂਕਿ ਉਹ ਜਿਹੜੇ ਕਾਂਗਰਸ ਦੇ ਜਮਾਂਦਰੂ ਕੀਟਾਣੂ ਨੇ ਉਹ ਤਾਂ ਉਹਨਾਂ ਦੇ ਅੰਦਰ ਜਿਉਂਦੇ ਹੀ ਨੇ ਨਾ। ਪਰ ਸਵਾਲ ਇਹ ਕਿ ਹਾਲ ਜਿਹਨਾਂ ਤੁਸੀਂ ਗੱਲ ਕਰ ਰਹੇ ਹੋ ਵਾਰ ਵਾਰ, ਕਾਂਗਰਸ ਦਾ ਆਪਣਾ ਕੈਂਡੀਡੇਟ ਕੋਈ ਤਾਂ ਡਿਕਲੇਅਰ ਹੋ ਨਹੀਂ ਰਿਹਾ ਹਾਲੇ ਤੱਕ। ਚੀਫ ਸੈਕੰਡਰੀ ਕੋ ਉਹਨਾਂ ਦਾ ਬਾਦਲ ਸਾਹਿਬ ਡਿਕਲੇਅਰਡ ਨੇ, ਕੈਪਟਨ ਸਾਹਿਬ ਦਾ ਨਾਂ ਤੁਸੀਂ ਅਨਾਊਂਸ ਨਹੀਂ ਕਰ ਰਹੇ, ਕੌਣ ਬਣੇਗਾ ਚੀਫ ਸੈਕੰਡਰੀ? ਨਹੀਂ ਇੱਦਾਂ ਹੈ ਕਿ ਉਹ ਤਾਂ ਅਨਾਊਂਸਡ ਹੀ ਹੈ, ਜਦੋਂ ਤੁਸੀਂ ਆਪਣਾ ਪੂਰਾ ਕੰਪੇਨ ਆਪਣਾ ਕੈਪਟਨ ਸਾਹਿਬ ਦੇ ਇਰਦ ਗਿਰਦ ਬਿਲਡ ਕੀਤਾ ਹੈਗਾ, ਹਲਕੇ ਵਿੱਚ ਕੈਪਟਨ, ਕੌਫੀ ਵਿਦ ਕੈਪਟਨ, ਔਰ ਕਿਆ ਕਹਿੰਦੇ ਨੇ ਸਾਰਾ ਪ੍ਰਚਾਰ ਲੀਡ ਕਰ ਰਹੇ ਨੇ, ਤਾਂ ਉਹੀ ਦੇਖੋ ਇੱਦਾਂ ਇਹਦੇ 'ਚ ਕਿਆ ਕਹਿੰਦੇ ਡਾਊਟ ਵਾਲੀ ਕੋਈ ਗੱਲ ਹੀ ਨਹੀਂ ਹੈਗੀ। 2012 ਦੀ ਚੋਣ ਤੋਂ ਪਹਿਲਾਂ ਵੀ ਤਾਂ ਉਹਨਾਂ ਨੂੰ ਜਦੋਂ ਹੁਣ ਸਮਾਂ ਆਊਗਾ ਫਿਰ ਘੋਸ਼ਣਾ ਹੋ ਜੂਗੀ, ਪਰ ਇਹ ਸਾਰਿਆਂ ਨੂੰ ਕੋਈ ਡਾਊਟ ਨਹੀਂ ਹੈਗਾ, ਮੈਨੂੰ ਕੋਈ ਡਾਊਟ ਦੇਖੋ ਉਹਨਾਂ ਦੇ ਆਪਾਂ ਉਹਨਾਂ 'ਚ ਕਿਆ ਕਹਿੰਦੇ ਨੇ ਲੱਖ ਬੁਰਾਈਆਂ ਹੋ ਸਕਦੀਆਂ ਨੇ, ਲੱਖ ਅਛਾਈਆਂ ਹੋ ਸਕਦੀਆਂ ਨੇ, ਪਰ ਕਾਂਗਰਸ ਦੇ ਵਿੱਚ ਉਹਨਾਂ ਦੇ ਕੱਦ ਦਾ ਲੀਡਰ ਨਹੀਂ ਹੈਗਾ। ਨਹੀਂ ਹੈਗਾ, ਲੋਕੀ ਕਹਿੰਦੇ ਮਨੀਸ਼ ਤਿਵਾਰੀ ਨੂੰ ਨਹੀਂ ਪਸੰਦ ਕਰਦੇ ਹੋ, ਤੁਸੀਂ ਵੀ ਨਹੀਂ ਪਸੰਦ ਕਰਦੇ ਹੋ ਉਹਨਾਂ ਨੂੰ? ਮੇਰੀ ਬੜੀ ਦੋਸਤੀ ਉਹਨਾਂ ਨਾਲ, ਮੇਰੀ ਬੜੀ ਆਪਣੇ ਉਹਨਾਂ ਵਾਸਤੇ ਰਿਸਪੈਕਟ ਹੈਗੀ ਹੈ, ਔਰ ਇਨਫੈਕਟ ਜਾਣੇ ਸੀਟ ਸ਼ਾਇਦ ਉਸ ਕਰਕੇ ਸ਼ਾਇਦ ਨਹੀਂ ਦੇਣਾ ਚਾਹੁੰਦੇ, ਤੁਸੀਂ ਲੜੇ ਨਹੀਂ ਉਸ ਵੇਲੇ, ਤੁਹਾਡੀ ਆਪਣੀ ਕੋਈ ਪਰੇਸ਼ਾਨੀ? ਆਪਣਾ ਕੈਪਟਨ ਸਾਹਿਬ ਔਰ ਮੇਰੇ ਫਾਦਰ ਸਾਹਿਬ ਪਾਰਲੀਮੈਂਟ 'ਚ ਇਕੱਠੇ ਰਹੇ ਨੇ, ਸਾਡੀ ਅਸੀਂ ਪਿੱਛੋਂ ਪਟਿਆਲੇ ਹੋ, ਸਾਡੀ ਬਹੁਤ ਇਹ ਜਿਹੜਾ ਜੇ ਕੋਈ ਕਹਿੰਦਾ ਹੈ ਕਿ ਕੈਪਟਨ ਸਾਹਿਬ ਔਰ ਮਨੀਸ਼ ਤਿਵਾਰੀ ਦੇ ਵਿੱਚ ਕੋਈ ਫਰਕ ਹੈਗਾ, ਇਸ ਤੋਂ ਵੱਡਾ ਝੂਠ ਹੋਰ ਕੋਈ ਨਹੀਂ ਹੋ ਸਕਦਾ। ਇਹ ਗਲਤ ਗੱਲ, ਤੁਹਾਡੇ ਪ੍ਰਚਾਰ ਤੁਹਾਡੇ ਖਿਲਾਫ ਜਿਹੜਾ ਹੋ ਰਿਹਾ ਗਲਤ ਹੋ ਰਿਹਾ। ਨਹੀਂ ਨਹੀਂ ਪ੍ਰਚਾਰ ਦੇਖੋ, ਉਹ ਤਾਂ ਬਿੱਟੂ ਉੱਥੇ ਇਲੈਕਸ਼ਨ ਜਿੱਤ ਗਿਆ, ਉਹ ਕਹਿੰਦੇ ਉਹਨੂੰ ਰਿਪਲੇਸ ਕਰਨ ਵਾਸਤੇ ਤੁਹਾਨੂੰ ਤੁਸੀਂ ਸੀਟ ਮੰਗੋਗੇ, ਸ਼ਾਇਦ ਪਰੇਸ਼ਾਨੀ ਹੋਈ ਕੈਪਟਨ ਸਾਹਿਬ ਉਹਦੇ ਨਾਲ ਨੇ, ਤੁਹਾਡੇ ਨਾਲ ਨਹੀਂ। ਦੇਖੋ ਇੱਦਾਂ ਹੈ ਕਿ 2014 ਦੀ ਚੋਣ ਮੈਂ ਨਹੀਂ ਲੜ ਸਕਿਆ ਕਿਉਂਕਿ ਮੈਂ ਬਿਮਾਰ ਸੀ। ਸਾਡੇ ਜਿਹੜੇ ਦੋਸਤ ਨੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਜੇ ਨੱਠ ਗਿਆ ਜੀ, ਭੱਜ ਗਿਆ ਜੀ, ਪਿੱਠ ਦਗਾ ਗਿਆ ਜੀ, ਆਪਣਾ ਮੈਦਾਨ ਤੋਂ ਭੱਜ ਗਿਆ, ਅਤੇ ਇਸ ਲਈ ਮੈਂ ਕਿਹਾ, ਮੈਂ ਕਿਹਾ ਜੀ ਤੁਹਾਨੂੰ ਇਹੋ ਜਿਹੀ ਗੱਲ ਲੱਗਦੀ ਹੈਗੀ ਹੈ, ਮੈਂ ਵਿਧਾਨ ਸਭਾ ਵੀ ਸਭਾ ਦੀ ਵੀ ਚੋਣ ਲੜਨ ਨੂੰ ਤਿਆਰ ਹੈ, ਜੇ ਪਾਰਟੀ ਹੁਕਮ ਲਾਊਗੀ ਤਾਂ ਅਸੀਂ ਵਿਧਾਨ ਸਭਾ ਦੀ ਵੀ ਚੋਣ ਲੜਾਂਗੇ। ਹੁਣ ਤੁਹਾਨੂੰ ਅਗਰ ਵਿਧਾਨ ਸਭਾ ਲੜਨ ਜਾਣਗੇ ਤੁਸੀਂ ਲੜ ਜਾਓਗੇ? ਹਾਂ ਬਿਲਕੁਲ, ਤੁਸੀਂ ਬਿਲਕੁਲ ਤਿਆਰ ਹੈ? ਬਿਲਕੁਲ ਸੈਂਟਰ ਦੀ ਪਾਰਟੀ ਛੱਡ ਦੇ? ਬਿਲਕੁਲ ਬਿਲਕੁਲ ਬਿਲਕੁਲ, ਜੇ ਕਿਆ ਕਹਿੰਦੇ ਨੇ ਕਾਂਗਰਸ ਪਾਰਟੀ ਮੈਨੂੰ ਵਿਧਾਨ ਸਭਾ ਦੀ ਚੋਣ ਲੜਾਉਣਾ ਚਾਹੂਗੀ ਤਾਂ ਮੈਂ ਵਿਧਾਨ ਸਭਾ ਦੀ ਚੋਣ ਲੜਨ ਵਾਸਤੇ ਤਿਆਰ। ਤੁਸੀਂ ਕਿਹਾ ਜੀ ਇੱਥੇ ਲਾਅ ਐਂਡ ਆਰਡਰ ਨਹੀਂ ਹੈਗੀ, ਤੁਹਾਡੇ ਸਭ ਖੇਤ ਬਰਬਾਦ ਹੋ ਗਏ, ਇਹ ਬਰਬਾਦ ਹੋ ਗਏ, ਇਹਨੇ ਸਾਰੇ ਇਸ਼ੂ ਬਣਾਏ ਨੇ ਤੁਸੀਂ ਸਾਰੇ। ਉਹ ਤਾਂ ਇਸ਼ੂ ਤਾਂ ਚੰਡੀਗੜ੍ਹ ਦਾ ਚੁਣਾਵ ਹੋਣ ਦੇ ਬਾਅਦ ਲੋਕਾਂ ਨੂੰ ਲੱਗਦਾ ਉਹ BJP ਵਾਲੇ ਜੋ ਪ੍ਰਚਾਰ ਕਰ ਰਹੇ ਨੇ ਕਿ ਉਹ ਤੁਹਾਡਾ ਅਸਰ ਕੋਈ ਹੋਇਆ ਨਹੀਂ ਹੈ, ਪਰੰਤੂ ਜਦੋਂ ਤੁਸੀਂ ਚੁਣਾਵ ਵਿੱਚ ਜਾਓਗੇ ਤੁਸੀਂ ਆਪਣਾ ਪੋਜ਼ਿਟਿਵ ਇਸ਼ੂ ਕੀ ਲੈ ਕੇ ਜਾਓਗੇ? ਮੈਂ ਪੁੱਛਾਂਗਾ ਇੱਕ ਬ੍ਰੇਕ ਦੇ ਬਾਅਦ ਤੁਹਾਡੇ ਕੋਲ। ਮੈਂ ਹਾਂ ਪ੍ਰਭੂ ਚਾਵਲਾ, ਔਰ ਸਿੱਧੀ ਗੱਲ ਵਿੱਚ ਅਸੀਂ ਗੱਲ ਕਰ ਰਹੇ ਹਾਂ ਮਨੀਸ਼ ਤਿਵਾਰੀ ਨਾਲ। ਕਾਂਗਰਸ ਦੀ ਵਕਾਲਤ ਕਰ ਰਹੇ ਨੇ ਪਰ ਦੇਖੋ ਫੇਲ ਹੁੰਦੇ ਨੇ, ਪਾਸ ਹੁੰਦੇ ਨੇ। ਦੱਸੋ ਜੀ ਤੁਸੀਂ ਹੁਣ ਗੱਲ ਕਰ ਰਹੇ ਸੀ, ਮੈਂ ਪਹਿਲੇ ਵੀ ਤੁਹਾਡੇ ਨਾਲ। ਕਾਂਗਰਸ ਪਾਰਟੀ ਦਾ ਆਪਣਾ ਏਜੰਡਾ ਕੀ ਹੈ? ਨਾ ਨੇਤਾ, ਨਾ ਨਾਰਾ, ਨਾ ਕੁਛ ਨੀਤੀ, ਕੁਛ ਵੀ ਨਹੀਂ ਹੈਗਾ ਤੁਹਾਡਾ? ਸਾਡਾ ਕਿਆ ਕਹਿੰਦੇ ਨੇ ਏਜੰਡਾ ਬਿਲਕੁਲ ਸਾਫ਼ ਹੈ ਪ੍ਰਭੂ ਜੀ, ਔਰ ਸਾਡਾ ਏਜੰਡਾ ਹੈ ਪੰਜਾਬ ਦੇ ਵਿੱਚ ਜਿਹੜੀ ਪ੍ਰਸ਼ਾਸਨਿਕ ਪ੍ਰਕਿਰਿਆ ਹੈਗੀ ਹੈ ਉਹਨੂੰ ਬਹਾਲ ਕਰਨਾ।
ਜਿਵੇਂ ਇੱਕ ਸੂਬਾ ਚੱਲਣਾ ਚਾਹੀਦਾ, ਜਿਵੇਂ ਸੂਬੇ ਦਾ ਪ੍ਰਸ਼ਾਸਨ ਚੱਲਣਾ ਚਾਹੀਦਾ ਹੈ, ਚਾਹੇ ਉਹ ਥਾਣੇ ਹੋਣ, ਚਾਹੇ ਉਹ ਪਟਵਾਰਖਾਨੇ ਹੋਣ, ਚਾਹੇ ਉਹ ਹੋਰ ਜਨ ਭਲਾਈ ਕੇਂਦਰ ਹੋਣ, ਉਹ ਜਿਹੜਾ ਪ੍ਰਸ਼ਾਸਨ ਹੈਗਾ ਜਿਹੜਾ ਪਿਛਲੇ ਦਸਾਂ ਵਰ੍ਹਿਆਂ ਚਰਮਰਾ ਗਿਆ ਹੈਗਾ, ਉਹ ਪ੍ਰਸ਼ਾਸਨ ਨੂੰ ਕਿਵੇਂ ਤੁਸੀਂ ਵਾਪਸ ਲੀਹਾਂ 'ਤੇ ਲੈ ਕੇ ਆਓ, ਉਹ ਕਾਂਗਰਸ ਪਾਰਟੀ ਦਾ ਸਭ ਤੋਂ ਵੱਡਾ ਏਜੰਡਾ। ਤੁਸੀਂ ਕਿਹਾ ਸੁਸ਼ਾਸਨ ਦੇਵਾਂਗੇ, ਚਲੋ ਅੱਛੀ ਸਰਕਾਰ ਬਣਾਵਾਂਗੇ, ਅੱਛੀ ਤਰ੍ਹਾਂ ਇਹਨਾਂ ਦੀ ਸਰਕਾਰ ਠੀਕ ਨਹੀਂ ਹੈਗੀ, 10 ਸਾਲ ਚੱਲ ਗਈ ਹੈ, ਠੀਕ ਹੈ 10 ਸਾਲਾਂ ਬਾਅਦ 'ਚ ਹੁੰਦਾ, ਪਰ ਉਹਦੇ ਇਲਾਵਾ ਪੌਦਰੀ ਤੁਹਾਡਾ ਇਕਨੋਮਿਕ ਏਜੰਡਾ ਕੀ ਹੈ, ਸੋਸ਼ਲ ਏਜੰਡਾ ਕੀ ਹੈ, ਮੈਨੂੰ ਦੱਸੋ ਤਾਂ ਕੋਈ ਏਜੰਡਾ ਦੇਣਾ ਚਾਹੀਦਾ। ਦੇਖੋ ਮੈਨੂੰ ਤੁਹਾਡਾ ਆਇਆ ਨਹੀਂ, ਦੇਖੋ ਮੈਨੂੰ ਅਜੇ ਕਿਹੜਾ ਚੋਣ ਡਿਕਲੇਅਰ ਹੋ ਗਈ ਹੈ, ਜਿਵੇਂ ਚੋਣ ਡਿਕਲੇਅਰ ਹੋਊਗੀ ਉਵੇਂ ਚੋਣ ਮੈਨੀਫੈਸਟੋ ਵੀ ਆ ਜੂਗਾ। ਦੇਖੋ ਬੇਸਿਕ ਮੈਂ ਤੁਹਾਨੂੰ ਦੱਸਾਂ, ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਗਵਰਨੈਂਸ ਡੈਫਿਸਿਟ ਹੈ, ਔਰ ਇਹ ਤੁਸੀਂ ਜਿਹੜੀ ਗੱਲ ਕਰਦੇ ਹੋ ਸੋਸ਼ਲ ਏਜੰਡਾ, ਇਕਨੋਮਿਕ ਏਜੰਡਾ, ਐਗਰੀਕਲਚਰਲ ਏਜੰਡਾ, ਇਹ ਤਾਂ ਸਾਰਾ ਮੈਨੀਫੈਸਟੋ ਵਿੱਚ ਆ ਜਾਏਗਾ। ਵੱਡੀ ਜਿਹੜੀ ਗੱਲ ਹੈਗੀ ਹੈ, ਜਿਹੜੀ ਓਵਰਰਾਈਡਿੰਗ ਚੀਜ਼ ਹੈ, ਉਹ ਇਹ ਹੈ ਕਿ ਪੰਜਾਬ ਦੇ ਵਿੱਚ ਪ੍ਰਸ਼ਾਸਨ ਨੂੰ ਦੁਬਾਰਾ ਕਿਵੇਂ ਲੀਹਾਂ 'ਤੇ ਲੈ ਕੇ ਆਉਣਾ ਹੈਗਾ, ਔਰ ਪ੍ਰਸ਼ਾਸਨ ਕਿਵੇਂ ਬਰਕਰਾਰ ਕਰਨਾ ਹੈਗਾ, ਦੈਟ ਇਜ਼ ਦ ਬਿਗੇਸਟ। ਸਿੱਧੂ 'ਤੇ ਡਿਪੈਂਡ ਕਰ ਰਹੇ ਹੋ, ਤੁਸੀਂ ਕੋਲ ਆਪਣੀ ਟੈਲੈਂਟ ਤੁਹਾਡੀ ਹੈ ਨਹੀਂ? ਦੇਖੋ ਦੇਖੋ ਮੈਨੂੰ ਇੱਕ ਗੱਲ ਦੱਸੋ ਕਿ ਮੈਨੂੰ ਨਹੀਂ ਪਤਾ ਕਿ ਨਵਜੋਤ ਸਿੱਧੂ ਨੇ ਕਿਉਂ ਰਾਜ ਸਭਾ ਤੋਂ ਅਸਤੀਫਾ ਦਿੱਤਾ ਹੈਗਾ, ਪਰ 6 ਵਰ੍ਹਿਆਂ ਦੀ ਰਾਜ ਸਭਾ ਔਰ ਨਾਮਜ਼ਦ ਕੀਤਾ ਰਾਜ ਸਭਾ 2 ਮਹੀਨੇ ਪਹਿਲੇ, ਕਿੰਨਾ ਕੁ ਸਤਿਆ ਬੈਠਾ ਹੋਊਗਾ ਕਿ ਇਹਨਾਂ ਨੇ ਕਿ ਨਾਮਜ਼ਦਗੀ ਤੋਂ ਅਸਤੀਫਾ ਦੇ ਕੇ ਚਲਾ ਗਿਆ। ਮੈਂ ਘੁੱਟਣ ਦੀ ਗੱਲ ਕਰ ਰਿਹਾ ਹੈਗਾ ਕਿ ਉਹ ਤਾਂ ਨੋਮੀਨੇਟਡ ਮੈਂਬਰ ਸੀ, ਉਹ ਤਾਂ ਕਿਹਾ ਕੋਈ BJP ਦਾ ਮੈਂਬਰ ਵੀ ਨਹੀਂ ਸੀਗਾ, ਉਦੋਂ ਆਪਣਾ ਆਜ਼ਾਦ ਪੰਛੀ ਸੀ, ਆਜ਼ਾਦ ਰਹਿ ਸਕਦਾ ਸੀਗਾ, ਪਰ ਕਿੰਨਾ ਕੁ ਸਤਿਆ ਹੋਊਗਾ ਕਿ ਅਸਤੀਫਾ ਦੇ ਕੇ ਚਲਾ ਗਿਆ। ਸਤਿਆ ਪਰ ਤੁਸੀਂ ਲੈ ਰਹੇ ਹੋ, ਤੁਹਾਡੇ ਕੋਲ ਆਪਣੇ ਕੋਲ ਹੈ ਨਹੀਂ ਬੰਦਾ ਜਿੱਤਣ ਵਾਸਤੇ, ਤੁਹਾਨੂੰ ਲੱਗਦਾ ਕਿ ਸਿੱਧੂ ਦਾ ਨਾਂ ਚਿਹਰਾ ਕੱਢ ਲਾਂਗੇ ਅੱਗੇ ਤੇ ਜਿੱਤਾਂਗੇ, ਕੈਪਟਨ ਦੇ ਨਾਂ ਤੇ ਵੋਟ ਨਹੀਂ ਮਿਲਣਗੇ, ਸਿੱਧੂ ਦੇ ਨਾਂ ਤੇ ਮਿਲ ਜਾਣਗੇ ਸ਼ਾਇਦ। ਇਦਾਂ ਹੈ ਕਿ ਨਵਜੋਤ ਸਿੱਧੂ ਉਹਦੀ ਵਾਈਫ ਜੇ 6 ਸਾਲ ਦੀ ਰਾਜ ਸਭਾ ਛੱਡ ਕੇ ਔਰ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ, ਜਿਹਦੀ 2.5 ਸਾਲ ਦੀ ਅਜੇ ਵੀ ਸਰਕਾਰ ਪਈ ਹੈ ਇਸ ਮੁਲਕ ਦੇ ਵਿੱਚ, ਜੇ ਉਹ ਕਿਤੇ ਹੋਰ ਆ ਰਿਹਾ ਹੈ, ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਕਿੰਨੀ ਕੁ ਵੱਡੀ ਘੁੱਟਣ ਉਸ ਪਾਰਟੀ ਦੇ ਅੰਦਰ ਔਰ ਉਸ ਸਿਸਟਮ ਦੇ ਅੰਦਰ ਆਪਣਾ ਲੋਕਾਂ ਨੂੰ ਹੋ ਰਹੀ ਹੈ ਕਿ ਸਭ ਕੁਝ ਛੱਡ ਕੇ ਆਉਣ ਨੂੰ ਤਿਆਰ ਨੇ। ਇੱਥੇ ਤਾਂ ਕੋਈ ਸਰਪੰਚ ਹੀ ਨਹੀਂ ਛੱਡਦਾ ਹੈਗਾ। ਨਹੀਂ ਸਿੱਧੂ ਹੋ ਸਕਦਾ ਜ਼ਿਆਦਾ ਐਂਬੀਸ਼ੀਅਸ ਹੋਏ, ਤੁਸੀਂ ਉਹਨੂੰ ਪ੍ਰੋਮਿਸ ਕੀਤਾ ਹੋਣਾ ਕੋਈ ਜਿਹੜਾ ਉਸ ਤੋਂ ਜ਼ਿਆਦਾ, ਉਹ ਨਹੀਂ ਦੇਖ ਸਕਦੇ, ਹੁਣ ਕੰਮ ਇੰਨੀ ਸੇਵਾ ਕਰਦਾ ਰਿਹਾ ਪਾਰਟੀ ਦੀ, ਅਕਾਲੀਆਂ ਨੇ ਉਹਨੂੰ ਰਹਿਣ ਦਿੱਤਾ BJP ਜੋ ਡਿਸ ਅਕਾਲੀ, ਤਾਂ ਉਹ ਕਹਿੰਦੇ ਜੇ ਅਕਾਲੀ ਰਨ ਕਰਦੇ ਨੇ BJP ਨੂੰ, ਐਸਾ ਤਾਂ ਦੁਖੀ ਹੋ ਕੇ ਮੈਂ ਚਲਾ ਗਿਆ। ਅੱਛਾ ਮੈਨੂੰ ਇਹ ਗੱਲ ਦੱਸੋ, ਕਿਆ ਕਹਿੰਦੇ ਨੇ ਜੇ ਉਹਨੇ ਇੰਨੀ ਕੁ ਸੇਵਾ ਕੀਤੀ ਸੀ ਭਾਰਤੀ ਜਨਤਾ ਪਾਰਟੀ ਦੀ, ਜਿਹੜਾ ਉਹ ਕਹਿੰਦਾ ਵੀ ਹੈਗਾ ਕਿ ਮੈਂ ਬਹੁਤ ਸੇਵਾ ਕੀਤੀ ਹੈ, ਤਾਂ ਭਾਰਤੀ ਜਨਤਾ ਪਾਰਟੀ ਨੇ ਇਹੋ ਜਿਹੇ ਬੰਦੇ ਨੂੰ ਜਾਣ ਕਿਉਂ ਦੇ ਦਿੱਤਾ? ਨਾਮਜ਼ਦਗੀ ਤਾਂ ਅਸੀਂ ਥੋੜੀ ਕੀਤੀ ਸੀ ਉਹਦੀ, ਤੁਸੀਂ ਜੋ ਪ੍ਰੋਮਿਸ ਕਰ ਰਹੇ। ਪ੍ਰਭੂ ਜੀ ਪ੍ਰੋਮਿਸ ਦੀ ਗੱਲ ਨਹੀਂ ਹੈਗੀ ਹੈ, ਗੱਲ ਇਹ ਹੈ ਕਿ ਇੱਕ ਰਾਜਨੀਤਿਕ ਜਾਂ ਸਿਆਸੀ ਬੰਦਾ ਕਿੱਥੇ ਉਹ ਘੁੱਟਣ ਮਹਿਸੂਸ ਕਰਦਾ ਹੈ ਔਰ ਕਿੱਥੇ ਕੰਫਰਟ ਮਹਿਸੂਸ ਕਰਦਾ ਹੈ, ਕਿ ਉਹ ਹਰ ਚੀਜ਼ਾਂ ਸਿਰਫ ਕਿਆ ਕਹਿੰਦੇ ਨੇ ਪੋਸਟ ਔਰ ਪੋਜੀਸ਼ਨ ਦੀਆਂ ਨਹੀਂ ਹੁੰਦੀਆਂ। ਇੱਕ ਕਿਆ ਕਹਿੰਦੇ ਨੇ ਕਨਵਿਕਸ਼ਨ ਵੀ ਹੁੰਦੀ ਹੈ, ਇੱਕ ਕੰਫਰਟ ਵੀ ਹੁੰਦੀ ਹੈ, ਔਰ ਜਿੱਥੇ ਕਿਆ ਕਹਿੰਦੇ ਨੇ ਘੁੱਟਣ ਮਹਿਸੂਸ ਹੋਵੇ ਤਾਂ ਉੱਥੇ ਬੰਦੇ ਨੂੰ ਜ਼ਿਆਦਾ ਦੇਰ। ਜਿਹੜੀ ਗੱਲ ਕਰ ਕਨਵਿਕਸ਼ਨ ਇਜ਼ ਅ ਮੈਟਰ ਆਫ ਕਨਵੀਨੀਅੰਸ ਨਾਓ, ਸਾਰੇ ਲੋਕ ਕਿਹੜੀ ਪਾਰਟੀ ਚ ਪਤਾ ਹੀ ਲੱਗਦਾ ਸਵੇਰੇ ਕਿੱਥੇ ਬੈਠੇ, ਤੁਹਾਡੀ ਪਾਰਟੀ ਇਸ ਤਰ੍ਹਾਂ ਦੇ ਲੋਕ ਆ ਰਹੇ ਜਿੱਥੇ ਕੱਲ੍ਹ ਦੂਜੀ ਪਾਰਟੀ ਸਨ। ਕਈ ਓਲਡ ਫੈਸ਼ਨ ਲੋਕ ਵੀ ਹੈਗੇ ਨੇ, ਕਈ ਓਲਡ ਫੈਸ਼ਨ ਲੋਕ ਵੀ ਹੈਗੇ ਨੇ ਜਿਹਨਾਂ ਨੂੰ ਹਜੇ ਵੀ ਕਨਵਿਕਸ਼ਨ ਪਿਆਰੀ ਹੈ, ਉਹਨਾਂ ਦੀ ਯੂਟਿਲਿਟੀ ਖਤਮ ਹੁੰਦੀ ਜਾ ਰਹੀ ਹੈ। ਉਹ ਗੱਲ ਤੁਹਾਡੀ ਜੁਦੀ ਹੈਗੀ ਹੈ, ਪਰ ਇਹ ਨਹੀਂ ਹੈ ਕਿ ਕਨਵਿਕਸ਼ਨ ਵਾਲੇ ਲੋਕ ਨਹੀਂ ਹੈਗੇ। ਗੱਲ ਹੁੰਦੀ ਹੈ ਕਿ ਜਦੋਂ ਚੁਣਾਵ ਜਿੱਤਿਆ ਜਾਂਦਾ, ਜਿਹੜੀ ਤਾਂ ਵੱਡੀ ਪਾਰਟੀ ਤੁਹਾਡੀ ਪਾਰਟੀ ਜਿਵੇਂ ਵੱਡੀ ਹੈ, ਉਹਦੇ ਡਿਪੈਂਡ ਕਰਦਾ ਲੋਕਾਂ ਨੂੰ ਹੁੰਦੀ ਹੈ ਕਿ ਮੀਲ ਟਿਕਟ ਪਾਰਟੀ ਹੁੰਦੀ ਹੈ, ਯੂ ਅੰਡਰਸਟੈਂਡ ਮੀਲ ਟਿਕਟ। ਕਾਂਗਰਸ ਨੂੰ ਹਮੇਸ਼ਾ ਲੋਕ ਮੀਲ ਟਿਕਟ ਪਾਰਟੀ ਸਮਝਦੇ ਹਨ ਕਿ ਇਹਨਾਂ ਦੇ ਨੇਤਾ ਹੋਏ ਜਿਹੜੇ ਸਾਨੂੰ ਟਿਕਟ ਦੇਣਗੇ ਤਾਂ ਅਸੀਂ ਜਿੱਤ ਹੀ ਜਾਵਾਂਗੇ। ਇਹ ਵੀ ਹਿੱਸਾ ਸੀ ਕਿ ਰਾਜੀਵ ਗਾਂਧੀ ਨੇ ਟਿਕਟ ਦਿੱਤੀ, ਇੰਦਰਾ ਗਾਂਧੀ ਨੇ ਟਿਕਟ ਦੇ ਦਿੱਤੀ, ਜਾਂ ਸੋਨੀਆ ਗਾਂਧੀ ਨਾਂ 'ਤੇ 2009 ਵਿੱਚ ਚੋਣਾਂ ਲੜੀਆਂ, ਤਾਂ ਲੱਗਦਾ ਸੀ ਕਿ ਸੋਨੀਆ ਗਾਂਧੀ ਕੋਈ ਸਾਡੇ ਵਾਸਤੇ ਨਿਕਲ ਪੜੀ, ਸਾਨੂੰ ਠੀਕ ਨਾ ਕੋਈ ਨਾ ਕੋਈ ਮਿਲ ਜਾਣੀ ਹੈ। ਹੁਣ ਉਹ ਹਾਲਤ ਹੈ ਨਹੀਂ ਤੁਹਾਡੀ, ਜਿਹੜੀ ਹੈ ਨਾ ਸੋਨੀਆ ਦਾ ਔਰ ਰਾਹੁਲ ਗਾਂਧੀ ਤੋਂ ਸੋਨੀਆ ਜੀ ਇਨਐਕਟਿਵ ਹੋ ਗਈਆਂ ਨੇ, ਖੁਦ ਐਕਟਿਵ ਹੈਗੀ ਨਹੀਂ ਇੰਨੀ ਜਿੰਨੀ ਹੋਣੀ ਚਾਹੀਦੀਆਂ ਸਨ। ਰਾਹੁਲ ਗਾਂਧੀ ਅਸਰ ਹੋ ਹੀ ਨਹੀਂ ਰਿਹਾ, ਤੁਸੀਂ ਪੰਜਾਬ ਵਿੱਚ ਜਾਓਗੇ ਕੈਪਟਨ ਦੇ ਨਾਂ 'ਤੇ, ਖਾਲੀ ਇੱਕ ਨੈਸ਼ਨਲ ਲੀਡਰ ਤੁਹਾਡਾ ਕੋਈ ਨਾ ਹੋਵੇ ਜਿਹਦੇ ਖਿਲਾਫ਼, ਜਿਹਦੇ ਫੇਵਰੀ ਲੋਕ ਕਹਿਣਗੇ ਇਹ ਫਿਊਚਰ ਸਾਡਾ ਹੈਗਾ। ਦੇਖੋ ਮੈਂ ਚਾਵਲਾ ਸਾਹਿਬ, ਸੂਬੇ ਦੀਆਂ ਜਿਹੜੀਆਂ ਚੋਣਾਂ ਨੇ ਨਾ, ਉਹ ਸੂਬੇ ਦੇ ਮੁੱਦੇ 'ਤੇ ਲੜੀਆਂ ਜਾਂਦੀਆਂ ਨੇ, ਔਰ ਅੱਜ ਪੰਜਾਬ ਦੇ ਵਿੱਚ ਜਿਹੜਾ ਮੁੱਦਾ ਹੈ ਉਹ ਮੋਦੀ ਨਾਲ ਲੜਦੇ ਪੰਜਾਬ ਦੀ ਸਾਰੇ ਇਲੈਕਸ਼ਨ ਨਾ ਨਾ ਪੰਜਾਬ ਦੇ ਯੂਪੀ ਪੰਜਾਬ ਦੇ ਵਿੱਚ ਸਿਰਫ ਇੱਕੋ ਮੁੱਦਾ ਹੈ, ਅਕਾਲੀ ਦਲ ਦਾ ਕੋਈ ਸ਼ਾਸਨ ਹੈ, ਇੱਕ ਇੱਕ ਇੱਕੋ ਮੁੱਦਾ ਹੈਗਾ,
ਔਰ ਇਸ ਬਾਰੇ ਉੱਪਰ ਥੱਲੇ ਇੱਕੋ ਸਰਕਾਰ ਹੋਣੀ ਚਾਹੀਦੀ ਤਾਂ ਤਰੱਕੀ ਹੋਏਗੀ ਉਹ ਤਾਂ ਕਹਿੰਦੇ ਲੋਕੀ ਦੱਸਣਗੇ ਨਾ ਕਿਹੜੀ ਸਰਕਾਰ ਹੋਣੀ ਚਾਹੀਦੀ ਹੈ ਪਰ ਮੈਂ ਤੁਹਾਨੂੰ ਜਿਹੜੀ ਗੱਲ ਕਹਿ ਰਿਹਾ ਮੈਨੂੰ ਇੱਕ ਸਿੱਧੀ ਗੱਲ ਕਰਨੀ ਚਾਹੀਦੀ ਜਦੋਂ ਵੀ ਰਾਹੁਲ ਗਾਂਧੀ ਦਾ ਨਾਂ ਲਿਓ ਕਾਂਗਰਸ ਦੇ ਅੱਗੇ ਜਾਂ ਉਹਨਾਂ ਦੇ ਅੱਗੇ ਮੋਦੀ ਦਾ ਨਾਂ ਲਓ ਕਿਸੇ ਹੋਰ ਦਾ ਨਾਂ ਲਓ ਤਾਂ ਉੱਥੇ ਡਾਇਵਰਟ ਕਰ ਜਾਂਦੇ ਨੇ ਫਟਾਫਟ ਮੈਂ ਕਿਹਾ ਰਾਹੁਲ ਗਾਂਧੀ ਦੀ ਰੈਲੇਵੈਂਸ ਯੂਪੀ ਪੰਜਾਬ ਵੀ ਰਾਹੁਲ ਗਾਂਧੀ ਦੇ ਮੈਂ ਤੁਹਾਨੂੰ ਇੱਕ ਗੱਲ ਕਹਾਂ ਕਿ ਇੰਦਰਾ ਗਾਂਧੀ ਦੇ ਨਾਂ ਤੇ ਲੋਕੀ ਵੋਟ ਮੰਗਦੇ ਸਨ ਦੇਖੋ ਲੈਂਪ ਪੋਸਟ ਖੜਾ ਹੁੰਦਾ ਸੀ ਤਾਂ ਜਿੱਤ ਜਾਂਦਾ ਸੀ ਉਸ ਵੇਲੇ ਦੇਖੋ ਸਿਆਸਤ ਦਾ ਪਰਿਪੇਕਸ਼ ਬਦਲਦਾ ਹੈਗਾ ਜੋ ਆਪਣਾ 1971 ਦੇ ਵਿੱਚ ਜਾਂ 1977 ਦੇ ਵਿੱਚ ਜਾਂ 80 ਦੇ ਵਿੱਚ ਜਾਂ 1984 ਦੇ ਵਿੱਚ ਇਸ ਮੁਲਕ ਦੀ ਰਾਜਨੀਤਿਕ ਪ੍ਰਸ਼ਠ ਭੂਮੀ ਸੀਗੀ ਉਹ ਅੱਜ ਕਹਿ ਕਹਿੰਦੇ 2017 'ਚ ਨਹੀਂ ਹੈਗੀ ਔਰ ਪਰਸਨੈਲਿਟੀ ਓਰੀਐਂਟਿਡ ਹੋ ਗਈ ਹੁਣ ਪਰਸਨੈਲਿਟੀ ਨਾਲ ਦੇ ਵੋਟ ਮਾਰ ਰਹੇ ਨੇ ਪਰਸਨੈਲਿਟੀ ਓਰੀਐਂਟਿਡ ਆਪਣਾ ਸੂਬੇ ਲੈਵਲ ਤੇ ਅਲੱਗ ਹੁੰਦੀ ਉਹਦਾ ਸਭ ਤੋਂ ਵੱਡਾ ਉਦਾਹਰਣ ਮੈਂ ਤੁਸੀਂ ਤਾਂ ਕਹਿ ਕਹਿੰਦੇ ਨੇ ਇਹਨੂੰ ਮੈਨੂੰ ਬਿਹਤਰ ਜਾਣਦੇ ਹੋ ਰਾਜੀਵ ਗਾਂਧੀ ਨੂੰ 425 ਸੀਟਾਂ ਮਿਲੀਆਂ 1984 ਦੇ ਵਿੱਚ ਕਰਨਾਟਕ ਦੇ ਵਿੱਚ 28 ਸੀਟਾਂ ਜਿੱਤੀਆਂ ਕਾਂਗਰਸ ਪਾਰਟੀ ਨੇ 3 ਮਹੀਨੇ ਬਾਅਦ ਜਦੋਂ ਚੋਣ ਹੋਈ ਤਾਂ ਰਾਮਕ੍ਰਿਸ਼ਨ ਹੈਗੜੇ ਦੁਆਰਾ ਕਿਵੇਂ ਮੁੱਖ ਮੰਤਰੀ ਬਣ ਗਿਆ ਕਿਉਂਕਿ ਲੋਕ ਫਰਕ ਕਰਦੇ ਨੇ ਜਿਹੜੀ ਰਾਸ਼ਟਰੀ ਚੋਣਾਂ ਹੁੰਦੀਆਂ ਨੇ ਰਾਸ਼ਟਰੀ ਮੁੱਦਿਆਂ 'ਤੇ ਵੋਟ ਪਾਉਂਦੇ ਨੇ ਜਿਹੜੀ ਸੂਬੇ ਦੀ ਚੋਣ ਹੁੰਦੀ ਹੈ ਸੂਬੇ ਦੇ ਮੁੱਦੇ 'ਤੇ ਵੋਟ ਪਾਉਂਦੇ ਨੇ ਨਹੀਂ ਤੁਹਾਨੂੰ ਮਤਲਬ ਨੈਸ਼ਨਲ ਲੈਵਲ ਫਿਰ ਵੀ ਦਿੰਦੇ ਨਾ ਜਦੋਂ ਗਈ ਸੀ ਇੰਦਰਾ ਗਾਂਧੀ ਸਾਊਥ 'ਚ ਜਦੋਂ 1970 ਵਿੱਚ ਤੁਸੀਂ ਸਾਰੀ ਜਗ੍ਹਾ 'ਤੇ ਹਾਰ ਗਏ ਆਂਧਰਾ ਜਿੱਤੇ ਕਰਨਾਟਕ ਲੋਕ ਸਭਾ ਦੀ ਚੋਣ ਉੱਥੇ ਨਹੀਂ ਅਸੈਂਬਲੀ ਇਲੈਕਸ਼ਨ ਵੀ ਹੋਏ ਦੋਵੇਂ ਇਕੱਠੇ ਹੋਏ ਸਨ ਉਸ ਵੇਲੇ ਅਸੈਂਬਲੀ ਇਲੈਕਸ਼ਨ ਔਰ ਲੋਕ ਸਭਾ ਇਲੈਕਸ਼ਨ ਦੋਵੇਂ ਇਕੱਠੇ ਹੋਏ ਸਨ ਉੱਥੇ ਤੁਸੀਂ ਜਿੱਤ ਗਏ ਇੰਦਰਾ ਗਾਂਧੀ ਦਾ ਨਾਂ ਸੀ ਦੇਖੋ ਕਿਆ ਕਹਿੰਦੇ ਨੇ ਆਪਣਾ ਤੁਹਾਡੀ ਗੱਲ ਠੀਕ ਹੈਗੀ ਹੈ ਪਰ ਜਿੱਥੇ ਤੱਕ ਮੇਰੀ ਯਾਦਦਾਸ਼ਤ ਹੈ ਆਂਧਰਾ ਪ੍ਰਦੇਸ਼ ਔਰ ਕਰਨਾਟਕਾ ਦੀਆਂ ਜਿਹੜੀਆਂ ਚੋਣਾਂ ਸੀਗੀਆਂ ਉਹ ਲੋਕ ਸਭਾ ਦੇ ਨਾਲ ਨਹੀਂ ਹੋਈਆਂ ਸੀ ਉਹ ਤਾਂ ਸਾਲ ਬਾਅਦ ਹੋਈਆਂ ਸੀ ਬਿਲਕੁਲ 1978 ਚ ਹੋਈਆਂ ਸੀ 1977 ਫਿਰ ਤੁਸੀਂ ਕਾਂਗਰਸ ਪਾਰਟੀ ਜਿੱਤੀ ਸੀ ਉਹਦੇ ਪਤੀ ਵੀ ਜਦੋਂ ਸਾਰੇ ਦੇਸ਼ ਜਿੱਥੇ ਸਾਰੇ ਪ੍ਰਦੇਸ਼ਾਂ 'ਚ ਬੀਜੇਪੀ ਸਰਕਾਰ ਡਿਸਮਿਸ ਕਰ ਰਹੇ ਉਹਨਾਂ ਨੇ ਤੁਹਾਡੀ ਸਰਕਾਰਾਂ ਡਿਸਮਿਸ ਕੀਤੀਆਂ ਤੁਸੀਂ ਉਹਨਾਂ ਦੀ ਕੀਤੀਆਂ ਅੱਛਾ ਮੈਨੂੰ ਇੱਕ ਗੱਲ ਦੱਸੋ ਜੇ ਕਹਿੰਦੇ ਨੇ ਪਰਸਨੈਲਿਟੀ ਰਾਹੁਲ ਦੀ ਗੱਲ ਕਰੇ ਰਾਹੁਲ ਤੁਹਾਡਾ ਜੇ ਪਰਸਨੈਲਿਟੀ ਇੰਨੀ ਮੈਟਰ ਕਰਦੀ ਹੈ ਤਾਂ 2014 'ਚ ਜਿਨ੍ਹਾਂ ਲੋਕਾਂ ਨੇ ਦਿੱਲੀ ਸੱਤੋਂ ਦੀਆਂ ਸੱਤੋਂ ਸੀਟਾਂ ਭਾਰਤੀ ਜਨਤਾ ਪਾਰਟੀ ਨੂੰ ਦਿੱਤੀਆਂ ਸੀਗੀਆਂ ਹਾਂ ਮੋਦੀ ਦੇ ਨਾਂ 'ਤੇ ਉਹਨਾਂ ਨੇ ਮੋਦੀ ਦੇ ਨਾਂ 'ਤੇ ਕਿਉਂ ਨਹੀਂ ਵੋਟ ਪਾਈ 2015 ਜਦੋਂ ਵਿਧਾਨ ਸਭਾ ਦੀ ਚੋਣ ਹੋਈ ਹੈ ਤਾਂ ਇਹ ਮੋਦੀ ਦੇ ਦਿੱਲੀ ਤੁਸੀਂ ਮੇਰੀ ਗੱਲ ਹੀ ਮੰਨ ਰਹੇ ਹੋ ਨਾ ਮੈਂ ਗੱਲ ਇਹੀ ਕਹਿ ਰਿਹਾ ਹੈਗਾ ਕਿ ਲੋਕੀ ਜ਼ਿਆਦਾ ਪਪੂਲਰ ਸੀ ਉਸ ਤੋਂ ਪਹਿਲੇ ਨਹੀਂ ਲੋਕੀ ਸਟੇਟ ਔਰ ਨੈਸ਼ਨਲ ਇਸ਼ੂਜ਼ ਦੇ ਵਿੱਚ ਫਰਕ ਕਰਦੇ ਨੇ ਦੇਸ਼ ਜਿਹੜਾ ਬੰਦਾ ਕਾਰਪੋਰੇਸ਼ਨ ਵਾਸਤੇ ਸੋਚ ਅਲੱਗ ਹੁੰਦੀ ਹੈ ਸੂਬੇ ਦੀ ਚੋਣ ਵਾਸਤੇ ਸੋਚ ਅਲੱਗ ਹੁੰਦੀ ਹੈ ਪ੍ਰਭੂ ਜੀ ਔਰ ਰਾਸ਼ਟਰ ਜਦੋਂ ਇਲੈਕਸ਼ਨ ਹੁੰਦੀ ਹੈ ਉਹਦੇ ਮੁੱਦੇ ਅਲੱਗ ਹੁੰਦੇ ਨੇ ਸੋਚ ਅਲੱਗ ਹੁੰਦੀ ਹੈ ਇਹ ਫਰਕ ਹੈ ਕਿ ਮੋਦੀ ਦੇ ਆਲਟਰਨੇਟਿਵ ਤੁਹਾਡੇ ਕੋਲ ਹੈ ਨਹੀਂ ਇਹ ਤਾਂ ਗੱਲ ਮੰਨੀ 2019 ਆਉਂਦੇ ਬਈ ਪੰਜਾਬ ਵੀ ਤੁਸੀਂ ਸਮਝਦੇ ਹੋ ਕਿ ਰਾਹੁਲ ਦੇ ਨਾਂ ਤੇ ਚੋਣ ਨਹੀਂ ਲੜੋ ਤੁਸੀਂ ਲੜੋਗੇ ਅਮਰਿੰਦਰ ਦੀ ਲੀਡਰਸ਼ਿਪ ਨਹੀਂ ਰਾਹੁਲ ਦਾ ਕੈਂਪੇਨ ਦਾ ਕੋਈ ਫਾਇਦਾ ਹੈ ਜਾਂ ਨਹੀਂ ਆਵੇ ਜਾਂ ਨਾ ਆਵੇ ਤੁਹਾਨੂੰ ਕੋਈ ਅਸਰ ਨਹੀਂ ਪੈਂਦਾ ਦੇਖੋ ਸੂਬੇ ਦੀ ਚੋਣ ਸੂਬਿਆਂ ਦੇ ਮੁੱਦਿਆਂ 'ਤੇ ਲੜੀ ਜਾਂਦੀ ਹੈਗੀ ਹੈ ਨਾ ਕਿ ਰਾਸ਼ਟਰ ਦੇ ਮੁੱਦਿਆਂ 'ਤੇ ਨਹੀਂ ਪਰ ਉਹਨੂੰ ਲੱਗਦਾ ਨਹੀਂ ਕਿ ਅਗਲੀ ਸਰਕਾਰ ਕਿਹੜੀ ਸੈਂਟਰ ਕਿਹੜੀ ਆਏਗੀ ਜਦੋਂ ਮਿਲ ਕੇ ਨਹੀਂ ਚਲਾਂਗੇ ਅਸੀਂ ਹੁਣ ਤੁਸੀਂ ਮਮਤਾ ਬੈਨਰਜੀ ਦੀ ਵੀ ਗੱਲ ਕਰੋਗੇ ਕਿ ਉੱਥੇ ਸਾਰੇ ਮੋਦੀ ਦੇ ਬੰਦੇ ਹਾਰ ਗਏ ਜਿੱਤ ਗਈ ਉਹ ਇਹ ਵੀ ਤਾਂ ਇੱਕ ਹੈ ਨਵੀਨ ਪਟਨਾਇਕ ਉੱਥੇ ਬੀਜੇਪੀ ਨੂੰ ਸੀਟ ਇੱਕ ਨਹੀਂ ਇੱਕੋ ਹੀ ਮਿਲੀ ਹੈ ਸਾਰਿਆਂ 'ਚ ਇੱਕਿਆਂ ਵਿੱਚੋਂ ਅਤੇ ਇਹ ਗੱਲ ਤਾਂ ਤੁਹਾਡੀ ਕਹਿ ਸਕਦੇ ਹੋ ਪਰ ਪੰਜਾਬ ਦੇ ਮੈਂ ਕਹਿ ਰਿਹਾ ਕਿ ਕਾਂਗਰਸ ਪਾਰਟੀ ਦੇ ਫਿਊਚਰ ਨੈਸ਼ਨਲ ਲੀਡਰਸ਼ਿਪ ਨਹੀਂ ਹੈਗੀ ਮੈਂ ਬਿਗਰ ਕੁਐਸਚਨ ਜਿਹੜਾ ਵੱਡਾ ਸਵਾਲ ਹੈ ਉਹਦਾ ਉਠਾ ਰਿਹਾ ਦੇਖੋ ਜਿਹੜਾ ਵੱਡਾ ਸਵਾਲ ਹੈਗਾ ਅੱਜ ਕਹਿ ਕਹਿੰਦੇ ਨੇ ਇਸ ਸਰਕਾਰ ਨੂੰ 30 ਮਹੀਨੇ ਪੂਰੇ ਹੋ ਗਏ ਨੇ ਅਗਲੇ 30 ਮਹੀਨੇ 'ਚ ਤੁਸੀਂ ਦੇਖਣਾ ਭਾਜਪਾ ਔਰ ਮੋਦੀ ਦੇ ਖਿਲਾਫ਼ ਇੱਕ ਬੜਾ ਵੱਡਾ ਧਰੁਵੀਕਰਨ ਇਸ ਮੁਲਕ ਦੇ ਵਿੱਚ ਹੋਊਗਾ ਔਰ ਉਸ ਧਰੁਵੀਕਰਨ ਦੇ ਵਿੱਚ ਆਲਟਰਨੇਟਿਵ ਕਾਂਗਰਸ ਹੀ ਉੱਭਰ ਕੇ ਆਊਗੀ ਕਿਉਂਕਿ ਰਾਹੁਲ ਗਾਂਧੀ ਆਲਟਰਨੇਟਿਵ ਮਤਲਬ ਮੋਦੀ ਦਾ ਆਲਟਰਨੇਟਿਵ ਰਾਹੁਲ ਗਾਂਧੀ ਹੈ ਜਾਂ ਕਾਂਗਰਸ ਹੈ ਤੁਸੀਂ ਦੇਖਣਾ ਅਗਰ 2004 ਦੀ ਚੋਣ ਹੋਈ ਸੀਗੀ ਤਾਂ ਲੋਕ ਕਹਿੰਦੇ ਸੀਗੇ ਕਿ ਸ਼੍ਰੀਮਤੀ ਸੋਨੀਆ ਗਾਂਧੀ ਵਾਜਪੇਈ ਦਾ ਕੋਈ ਆਲਟਰਨੇਟਿਵ ਨਹੀਂ ਹੈਗੀ ਪਰ ਸ਼੍ਰੀਮਤੀ ਸੋਨੀਆ ਗਾਂਧੀ ਨੇ ਵਾਜਪੇਈ ਨੂੰ ਹਰਾ ਦਿੱਤਾ ਹੁਣ ਰਾਹੁਲ ਨੇ ਇੰਨਾ ਵੱਡਾ ਚਾਰਜ ਲਾ ਛੱਡਿਆ ਕਿ ਮੈਂ ਅਰਥਕੁਏਕ ਆ ਜਾਏਗਾ ਜੇ ਆ ਜਾਏਗਾ ਹੁਣ 15 ਦਿਨ ਹੋ ਗਏ ਸੁਣਦੇ ਸਾਨੂੰ 20 ਦਿਨ ਹੋ ਗਏ ਕੋਈ ਅਰਥਕੁਏਕ ਦਿਖਾਇਆ ਨਹੀਂ ਉਹਨੇ ਹਿੱਲਿਆ ਨਹੀਂ ਕੁਰਸੀ ਨਹੀਂ ਲੈ ਕੇ ਸੀ ਤਾਂ ਅਰਥਕੁਏਕ ਕੀ ਹੋਏਗਾ ਇਸ ਸਟੇਟਮੈਂਟ ਦੇ ਕੇ ਕਈ ਵਾਰ ਲੱਗਦਾ ਨਹੀਂ ਕਿ ਤੁਹਾਨੂੰ ਅੱਜ ਕਾਂਗਰਸ ਦੀ ਅੱਜ ਕੁਛ ਪਰੇਸ਼ਾਨੀ ਹੁੰਦੀ ਹੈ ਅੱਜ ਉਹਨਾਂ ਨੇ ਕੁਛ ਕਿਹਾ ਹੈਗਾ ਜਦੋਂ ਐਵੀਡੈਂਸ ਹੈਗਾ ਤਾਂ ਦੇਖਾਂਗੇ ਨਾ ਉਹ ਤਾਂ ਮਹਿਸਾਨਾ ਗਏ ਨੇ ਗੁਜਰਾਤ ਕੁਛ ਕਿਹਾ ਹੈਗਾ ਜ਼ਰੂਰ ਜੇ ਉਹਨਾਂ ਨੇ ਇਹੋ ਜਿਹਾ ਬਿਆਨ ਦਿੱਤਾ ਹੈਗਾ ਤਾਂ ਉਹਨੂੰ ਪ੍ਰਮਾਣਿਤ ਵੀ ਜ਼ਰੂਰ ਕਰਨਗੇ ਪ੍ਰਮਾਣਿਤ ਕਰਨਗੇ ਨਾ ਨਹੀਂ ਕਰਨਗੇ ਤਾਂ ਕ੍ਰੈਡੀਬਿਲਟੀ ਖਰਾਬ ਹੋਏਗੀ ਨਾ ਪ੍ਰਮਾਣਿਤ ਕਰਨਗੇ ਕੋਈ ਨਹੀਂ ਕਰੇਗਾ ਤਾਂ ਇਹਦਾ ਮਤਲਬ ਕ੍ਰੈਡੀਬਿਲਟੀ ਖਰਾਬ ਹੋ ਜਾਏਗੀ ਨਾ ਦੇਖੋ ਇਹ ਹੈ ਕਿ ਇੰਨੇ ਸਮਝਦਾਰ ਹਰ ਆਦਮੀ ਹੁੰਦਾ ਹੈ ਕਿ ਜਦੋਂ ਤੁਸੀਂ ਸਾਰਵਜਨਿਕ ਤੌਰ ਤੇ ਇਹੋ ਜਿਹੀ ਗੱਲ ਕਹਿੰਦੇ ਹੋ ਤਾਂ ਉਹਨੂੰ ਜ਼ਰੂਰ ਕਹਿ ਕਹਿੰਦੇ ਤੁਹਾਨੂੰ ਸਬਸਟੈਂਸ਼ੀਏਟ ਕਰਨਾ ਪੈਂਦਾ ਹੈ ਤੁਹਾਡਾ ਹਲੇ ਵਿਸ਼ਵਾਸ ਰਾਹੁਲ ਗਾਂਧੀ 'ਚ ਹੈ ਕਿਹਦਾ ਤੁਹਾਡਾ ਵਿਸ਼ਵਾਸ ਹਲੇ ਵੀ ਮੇਰਾ ਕਹਿ ਕਹਿੰਦੇ ਵਿਸ਼ਵਾਸ ਕਾਂਗਰਸ ਪਾਰਟੀ 'ਚ ਹੈ ਰਾਹੁਲ ਗਾਂਧੀ ਨਹੀਂ ਹੈ ਨਹੀਂ ਮੈਂ ਨਹੀਂ ਕਹਿ ਰਿਹਾ ਰਾਹੁਲ ਗਾਂਧੀ 'ਚ ਨਹੀਂ ਹੈਗਾ ਕਾਂਗਰਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਸ ਲੀਡਰਸ਼ਿਪ ਦੇ ਵਿੱਚ ਹਰ ਕਾਂਗਰਸੀ ਵਿਸ਼ਵਾਸ ਰੱਖਦਾ ਫਿਊਚਰ ਹੈ ਇਸ ਲੀਡਰਸ਼ਿਪ ਦਾ ਤੁਹਾਨੂੰ ਲੱਗਦਾ ਦੇਖੋ ਹਿੰਦੁਸਤਾਨ ਦੇ ਵਿੱਚ ਧਰਮ ਨਿਰਪੇਖ
और अज भी उस धर्म निरपेक्ष सियासत की सब तो बड़ी आडंबरदार कांग्रेस पार्टी है। उसे मनीष तिवारी का भी फ्यूचर है, मतलब देखो कि किन्ने उसे हर कांग्रेसी का फ्यूचर है। चलो तुम साढ़े स्टूडियो च आए, थोड़ा बहुत 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 धन्यवाद। और एक बार प्रभु जी थोड़ा बहुत बहुत मुबारक है जो तुम उपराला किया पंजाबी के, बहुत ही मजा आया क्या कहने थोड़े गलबात करके। हिंदी तो करते रहने पर अच्छ पंजाबी गलबात करके बहुत मजा आया। बहुत बहुत धन्यवाद। बहुत धन्यवाद। तो यह अज की सीधी गल, सीधी गल का यह कार्यक्रम तुहानू किस तरह लग्या, तुसी अपनी राय सानू ईमेल के जरिए भी भेज सकते हो। अगली बारी आएगी वारी किसी होर हस्ती दी, उहदे नाल असीं करांगे सीधी गल ऐसे टाइम ऐसे चैनल तक। तब तक प्रभु चावला का सत श्री अकाल, नमस्कार, जय हिंद।